ਜਿਹੜੀ ਫਨਕਾਰ ਅੱਜ ਸਾਡੇ ਵਿਚਕਾਰ ਨੇ ਉਹਨਾਂ ਦੀਆਂ ਗੱਲਾਂ ਵੀ ਗੀਤਾਂ ਵਰਗੀਆਂ ਹੁੰਦੀਆਂ ਨੇ। ਇੱਕ ਅਜਿਹਾ ਕੁਤਬ ਫਰੋਸ਼ ਲਿਖ ਲਿਖ ਦਰਦ ਜੋ ਵੇਚੇ ਤੇ ਏਦਾਂ ਅਸੀਂ ਰਿਲੀਜ਼ ਕਰਨੀ ਹੈ, ਵਧੀਆ ਲੱਗੂਗੀ। ਇਟ ਵਿਲ ਬੀ ਸੋ ਨੈਚੁਰਲ। ਮੈਂ ਗੱਲ ਕਰਦੇ ਹਾਂ। ਅੱਛਾ, ਪਹਿਲਾ ਜਿਹੜਾ ਮੇਰਾ ਰਵਾਇਤੀ ਸਵਾਲ ਹੁੰਦਾ ਨਾ ਜੀ ਇੰਟਰਵਿਊ ਦੇ ਵਿੱਚ, ਉਹਦਾ ਹੁੰਦਾ ਵੀ ਤੁਸੀਂ ਕਿਵੇਂ ਹੋ, ਹੈ ਨਾ, ਪਰ ਉਹਦਾ ਉੱਤਰ ਹੈ ਜਿਹੜਾ ਦਿਵਾਲੀ ਸਾਧ ਦੀ ਜ਼ਿੰਦਗੀ ਦੇ ਵਿੱਚ ਨਾ ਤੁਸੀਂ ਬਹੁਤ ਸੌਰਟਡ ਆਊਟ ਲੱਗਦੇ ਹੋ, ਤੇ ਇਸ ਦਾ ਇਸ ਕਿੱਥੋਂ, ਕਿਤਾਬਾਂ ਤੋਂ, ਗੁਰਬਾਣੀ ਤੋਂ, ਨੇਚਰ ਤੋਂ? ਜਿਹੜਾ ਤੁਸੀਂ ਝੱਖ ਮਾਰਨੀ ਹੈ ਇੰਟਰਨੈਟ ਤੇ 2 ਘੰਟੇ ਕਮੈਂਟ ਪੜ੍ਹ ਕੇ ਫਿਰ ਆਪਣਾ ਖੂਨ ਫੂਕਣਾ, ਉਹਦੇ ਨਾਲ ਬੈਟਰ ਰੈਸਟ ਹੈ ਬਾਈ। ਹਾਂਜੀ, ਉਹਨਾਂ ਚਿਰ ਕੋਈ ਸਬਜ਼ੀ ਗੁੱਡ ਲਓ, ਉਹਨਾਂ ਚਿਰ ਆਪਦਾ ਫੂਡ ਤਿਆਰ ਕਰ ਲਓ, ਆਪਦੀ ਗੱਡੀ ਨੂੰ ਧੋ ਲਓ, ਹੈ ਨਾ, ਤੁਹਾਡਾ ਸਰੀਰ ਵੀ ਕੰਮ ਲੱਗੂ। ਸਾਡੇ ਉੱਥੇ ਨੈੱਟ ਪੈਕ ਸਸਤਾ ਬਹੁਤ ਹੈ, ਉਹ ਹਰ ਬੰਦਾ ਮਤਲਬ ਲੱਗਿਆ ਹੋਇਆ, ਔਰ ਹਰ ਬੰਦਾ ਸਵੇਰੇ ਉੱਠ ਕੇ ਸੋਚਦਾ ਵੀ ਮੈਂ ਇਸ ਦੁਨੀਆਂ ਦਾ ਪਹਿਲਾ ਅਤੇ ਮਹਾਨ ਵਿਅਕਤੀ ਹੈ, ਇੱਥੋਂ ਦੁਨੀਆ ਸ਼ੁਰੂ ਹੋ ਜਾਂਦੀ ਹੈ, ਆਪਦੀ ਛੱਤ 'ਤੇ ਸੂਰਜ ਚੜ੍ਹਾ ਲੈਂਦੇ, ਉੱਥੇ ਹੀ ਛੁਪਾ ਲੈਂਦੇ। ਮੇਰੀ ਜ਼ਿੰਦਗੀ ਸੰਗੀਤ ਹੈ। ਆਰਟਿਸਟਾਂ ਦੀ ਜ਼ਿੰਦਗੀ ਡਿਫਰੈਂਟ ਹੁੰਦੀ ਹੈ, ਉਹਨਾਂ ਦੀ ਇੱਕ ਸਵੇਰ ਸ਼ਾਮ ਸਮਾਜਿਕ ਮੀਡੀਆ 'ਤੇ ਲਾਈਵ ਹੋ ਕੇ ਗੱਲਾਂ ਕਰਨੀਆਂ ਅਤੇ ਆਪਦੇ ਆਪ ਨੂੰ ਪ੍ਰਮੋਟ ਕਰਨਾ, ਆਰਟਿਸਟਾਂ ਦੀ ਇਹ ਜ਼ਿੰਦਗੀ ਹੈ। ਮੇਰੀ ਇਹ ਜ਼ਿੰਦਗੀ ਦੀ ਮੇਰੀ ਜ਼ਿੰਦਗੀ ਗਾਉਣਾ, ਕੰਮ ਕਰਕੇ ਉਹਦੇ 'ਤੇ ਪਾ ਕੇ ਨੈੱਟ 'ਤੇ, ਫਿਰ ਆਪਦਾ ਆਪਦੀ ਜ਼ਿੰਦਗੀ ਨੂੰ ਜਿਉਣਾ ਅਲੱਗ ਤਰ੍ਹਾਂ। ਜਿਹੜੀ ਤੁਹਾਡੀ ਸਾਂਝ ਆ ਨਾ ਅੰਤੋਜ ਬਾਜੀ ਹੋਣਾਂ ਦੇ ਨਾਲ, ਉਹ ਹਵਾਏ ਦੇ ਵਿੱਚ ਵੀ ਦਿੱਤੀ ਤੇ ਹੁਣ ਤੱਕ ਨਹੀਂ ਨਹੀਂ ਅਸੀਂ ਬਹੁਤ ਸਾਲ ਬੋਲੇ ਨਹੀਂ ਸੀ, ਮਿੱਤਰਤਾ ਸਾਡੀ ਬਹੁਤ ਸੀ, ਵਿੱਚ ਬੰਦੇ ਇੱਦਾਂ ਦੇ ਕੁਛ ਭੈਠੀਏ ਜਿੱਦਾਂ ਪੈ ਜਾਂਦੇ ਵਿੱਚ, ਉਹੀ ਜਿੱਦਾਂ ਦੱਸਿਆ ਨਾ ਵੀ ਕੁਛ ਬੰਦੇ ਨਾਲ ਨਾਲ ਚੱਲਦੇ ਰਹਿੰਦੇ, ਬਟ ਫਿਰ ਸਾਡੇ ਸਾਂਝੇ ਸੱਜਣਾਂ ਦੀ ਇਹ ਜ਼ਿੱਦ ਸੀ ਵੀ ਇਕੱਠੇ ਕੰਮ ਕਰਨਾ। ਗਾਇਕੀ ਤੁਹਾਡੇ ਲਈ ਕੀ ਆ? ਮੇਰੇ ਲਈ ਤਾਂ ਰੱਬ ਹੈ, ਵੀ ਇਬਾਦਤ ਹੈ, ਮਤਲਬ ਹਰ ਮੇਰਾ ਹਰ ਸਾਹ ਹੀ ਸੰਗੀਤ ਨਾਲ ਜੁੜਿਆ। ਅਤੇ ਫਿਲਮਾਂ, ਫਿਲਮਾਂ ਮੇਰੇ ਲਈ ਸਹਾਇਕ ਧੰਦਾ, ਠੀਕ ਹੈ, ਮੇਰਾ ਮੁੱਖ ਕਿੱਤਾ ਗਾਉਣਾ ਹੈ। ਸਕਸੈਸ ਜਾਂ ਸਫਲਤਾ? ਨਹੀਂ ਨਹੀਂ, ਮੈਨੂੰ ਖਪਦੀ ਹੈ, ਦੇਖੀ ਹੈ ਤੁਸੀਂ, ਸਿਰਫ ਉਹਨਾਂ ਲਈ ਗਾਉਣਾ ਜਿਹੜੇ ਮੈਨੂੰ ਪਿਆਰ ਕਰਦੇ, ਨਫ਼ਰਤ ਕਰਦੇ ਉਹਨਾਂ ਲਈ ਬਿਲਕੁਲ ਨਹੀਂ ਗਾਉਣਾ, ਔਰ ਉਹ ਸੁਣਨ ਸ਼ਾਇਦ ਕੰਨਾਂ 'ਚ ਕੋਈ ਪ੍ਰੋਬਲਮ ਆ ਜਾਏ, ਨਫ਼ਰਤ ਕਰਨ ਵਾਲਾ ਜੇ ਮੈਨੂੰ ਸੁਣੂਗਾ ਤਾਂ ਹੋ ਸਕਦਾ ਉਹਦੇ ਕੰਨਾਂ 'ਚ ਕੋਈ ਪ੍ਰੋਬਲਮ ਆ ਜਾਏ, ਤਾਂ ਬੈਟਰ ਹੈ ਕਿ ਉਹ ਨਾ ਸੁਣੇ। ਸੈਵਨ ਸੀਜ਼ ਟੀ ਵੀ ਆਸਟ੍ਰੇਲੀਆ ਦੇਖਣ ਵਾਲੇ ਸਾਰੇ ਦੋਸਤਾਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਜਾਣੀ ਕਿ ਦੀਪ ਕੰਗ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਦ ਪੰਜਾਬੀ ਗਾਇਕਾਂ ਫਨਕਾਰਾਂ ਦੀ ਗੱਲ ਹੁੰਦੀ ਹੈ ਤਾਂ ਅਕਸਰ ਆਪਾਂ ਨੂੰ ਉਹਨਾਂ ਦੇ ਨਵੇਂ ਗੀਤਾਂ ਦੀ, ਨਵੇਂ ਫਿਲਮਾਂ ਦੀ ਇੱਕ ਬਹੁਤ ਹੀ ਤਾਂਘ ਰਹਿੰਦੀ ਹੈ, ਪਰ ਕੁਝ ਫਨਕਾਰ ਇਹੋ ਜਿਹੇ ਵੀ ਹੁੰਦੇ ਹਨ ਕਿ ਜਿਨ੍ਹਾਂ ਦੀ ਆਪਾਂ ਨੂੰ ਇੰਟਰਵਿਊ ਦੀ ਵੀ ਬਹੁਤ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਅਜਿਹੇ ਫਨਕਾਰ ਜਿਨ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਗੀਤਾਂ ਵਰਗੀਆਂ ਹੁੰਦੀਆਂ ਨੇ, ਅਜੇ ਇੱਕ ਅਜਿਹਾ ਕੁਤਬ ਫਰੋਸ਼ ਲਿਖ ਲਿਖ ਦਰਦ ਜੋ ਵੇਚੇ, ਅਰਮਾਨਾਂ ਦੀ ਚਿਖਾ ਬਾਲ ਕੇ ਰੋਜ਼ ਰਾਤ ਨੂੰ
ਸਿੱਕੇ। ਮੇਰੀ ਮੁਰਾਦ ਹੈ ਜੀ ਬੱਬੂ ਮਾਨ ਸਾਹਿਬ ਹੋਣਾ ਤੋਂ, ਜੋ ਕਿ ਅੱਜ ਕੱਲ੍ਹ ਵਿਰਸਾ ਪ੍ਰੋਡਕਸ਼ਨ ਦੇ ਸੱਦੇ 'ਤੇ ਬ੍ਰਿਸਬੇਨ ਦੇ ਵਿੱਚ 10 ਅਗਸਤ ਨੂੰ ਸ਼ੋਅ ਕਰਨ ਲਈ ਆਏ ਹੋਏ ਨੇ। ਮਾਨ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਤੁਹਾਡੀ ਟੀਮ ਨੂੰ। ਪਹਿਲਾਂ ਤਾਂ ਮੈਂ ਤੇਰੀ ਨਰਵਸਨੈਸ ਹੈ ਉਹ ਠੀਕ ਕਰਦਾ, ਮੈਂ ਕੂਲ ਡਾਊਨ ਰਿਲੈਕਸ ਹੋ ਜਾਏ। ਕੀ ਹੁੰਦਾ ਨਾ ਜਦੋਂ ਆਪਾਂ ਇੰਟਰਵਿਊ ਕਰਦੇ ਹਾਂ ਆਮ ਤੌਰ 'ਤੇ ਆਰਟਿਸਟ ਆ ਨਾ, ਜਿਹਨਾਂ ਨੂੰ ਤੁਸੀਂ ਪਿਆਰ ਕਰਦੇ ਆ ਜਾਂ ਜਿਹਨਾਂ ਦੇ ਗਾਣੇ ਸੁਣੇ ਹੁੰਦੇ ਆ, ਹਾਂਜੀ, ਉਹ ਥੋੜ੍ਹਾ ਜਿਹਾ ਜਦੋਂ ਆਪਾਂ ਬੋਲਦੇ ਹਾਂ ਫਿਰ ਥੋੜ੍ਹਾ ਜਿਹਾ ਅਸੀਂ ਤੇਜ਼ ਬੋਲਣ ਆ ਜਾਂਦੇ, ਬਸ ਇਸੇ ਕਰਕੇ ਆਪਾਂ ਨੂੰ ਕਈ ਵਾਰੀ ਪ੍ਰੋਬਲਮ ਆਈ ਹੈ। ਜਸਟ ਰਿਲੈਕਸ ਡਾਊਨ, ਕੁਛ ਮੈਂ ਤੇਰੇ ਵਰਗਾ ਹੀ ਹਾਂ, ਜਸਟ ਲਾਈਕ ਯੂ। ਨਹੀਂ ਆਪਾਂ ਗੱਲ ਕਰਦੇ ਹਾਂ, ਹੁਣ ਤੁਸੀਂ ਸਵਾਲ ਪੁੱਛੋ। ਹਾਂਜੀ, ਨਹੀਂ ਬਿਲਕੁਲ ਜੀ, ਨਹੀਂ ਤੁਹਾਡੇ ਨਾਲ ਥੋੜ੍ਹੀ ਨਰਵਸਨੈਸ ਇਸ ਕਰਕੇ ਹੋ ਜਾਂਦੀ ਕਿਉਂਕਿ ਆਮ ਇੰਸਪਾਇਰ ਬਾਈ ਯੂ ਹੈ ਨਾ ਜੀ, ਅਤੇ ਜਿਹੜੇ ਨੂੰ ਤੁਸੀਂ ਮੈਂ ਕਹਿੰਦਾ ਇਹ ਹੁੰਦਾ ਅਸੀਂ ਆਪਦੇ ਵੱਡਿਆਂ ਤੋਂ ਆ, ਹਾਂਜੀ ਸਾਡੇ ਸੀਨੀਅਰ ਸੀ, ਹਾਂਜੀ ਫਿਰ ਇੱਦਾਂ ਜਨਰੇਸ਼ਨ ਚੱਲਦੀਆਂ ਰਹਿੰਦੀਆਂ। ਹਾਂਜੀ, ਇਹ ਇੱਕ ਜਿੱਦਾਂ ਰਿਲੇ ਰੇਸ ਵਾਲਾ ਕੰਮ ਹੈ, ਪਿੱਛੇ ਵਾਲਿਆਂ ਤੋਂ ਸਿੱਖ ਲਿਆ, ਸਾਡ ਤੋਂ ਅੱਗੇ ਵਾਲੇ ਉਹਨਾਂ ਤੋਂ ਅੱਗੇ ਵਾਲੇ। ਬਿਲਕੁਲ ਜੀ ਮਾਨ ਸਾਹਿਬ, ਮੈਂ ਧੰਨਵਾਦ। ਨਾਓ ਯੂ ਕੂਲ ਡਾਊਨ? ਹਾਂਜੀ ਹਾਂਜੀ, ਆਮ ਗੁੱਡ, ਆਮ ਗੁੱਡ। ਹਾਂਜੀ, ਅੱਛਾ ਪਹਿਲਾਂ ਜਿਹੜਾ ਮੇਰਾ ਰਵਾਇਤੀ ਸਵਾਲ ਹੁੰਦਾ ਨਾ ਜੀ ਇੰਟਰਵਿਊ ਦੇ ਵਿੱਚ, ਉਹ ਤਾਂ ਹੁੰਦਾ ਵੀ ਤੁਸੀਂ ਕਿਵੇਂ ਹੋ, ਹੈ ਨਾ, ਪਰ ਉਹਦਾ ਉੱਤਰ ਹੈ ਜਿਹੜਾ ਵਾਲੀ ਸਾਧ ਦੀ ਅੱਠੇ ਪੈਰ ਪੈਰ ਬਸਾ। ਹਾਂਜੀ, ਬਹੁਤ ਸਾਡਾ ਮਾਨ ਹੈ, ਪਿੰਡ ਆ ਸਾਡਾ ਖੰਡ। ਤੇ ਮਾਨ ਮਾਨ ਸਾਹਿਬ ਇੱਕ ਨਾ ਹੀ ਮੈਂ ਕਹਿੰਦਾ ਵੀ ਇਹ ਮਿਹਰ ਪਰਮਾਤਮਾ ਦੇ ਤੁਹਾਡੇ ਤੇ ਰਹੇ, ਤੇ ਹੈ ਨਾ ਜੀ, ਦੇਖੋ ਜੇ ਮਨ ਖੁਸ਼ ਹੈ ਤਾਂ ਦੁਨੀਆ ਖੁਸ਼ ਹੈ। ਹਾਂਜੀ, ਜੇ ਆਪਾਂ ਭਰੇ ਰਵਾਂਗੇ 24 ਘੰਟੇ ਸ਼ਿਕਵੇ ਕਰਦੇ ਰਵਾਂਗੇ ਵੀ ਐ ਨਹੀਂ ਹੁੰਦਾ ਐ ਨਹੀਂ ਹੁੰਦਾ, ਦੇਖੋ ਪੂਰੀ ਦੁਨੀਆ ਇਹ ਵਹਿਣ ਹੈ, ਠੀਕ ਹੈ, ਦੁਨੀਆ ਤੁਹਾਡੇ ਹਿਸਾਬ ਨਾਲ ਨਹੀਂ ਚੱਲਦੀ। ਹਾਂਜੀ, ਤੁਸੀਂ ਉਸ ਵਹਿਣ 'ਚ ਤੁਰੇ ਜਾਂਦੇ ਹੋ, ਉਹ ਵਹਿਣ 'ਚ ਤੁਸੀਂ ਸਫ਼ਰ 'ਚ ਤੁਰੇ ਜਾਂਦੇ ਹੋ, ਤੁਸੀਂ ਆਪਦੀ ਗੱਲ ਕਰਦੇ ਹੋ। ਹਾਂਜੀ, ਜਦੋਂ ਤੁਹਾਡੀ ਗੱਲ ਕਿਸੇ ਨੂੰ ਅੱਛੀ ਲੱਗਦੀ ਤਾਂ ਚਾਰ ਸੱਜਣ ਜੁੜ ਜਾਂਦੇ ਆ, ਇਹ ਲਾਈਫ ਦਾ ਪੈਟਰਨ ਹੈ, ਠੀਕ ਹੈ। ਸੋ ਇਹ ਮਤਲਬ ਜੇ ਅਸੀਂ ਰਿਗਰੈਟਸ ਰੱਖ ਕੇ ਚੱਲਾਂਗੇ ਤਾਂ ਬਹੁਤ ਦੁਖੀ ਹਾਂ। ਬਿਲਕੁਲ, ਇਹ ਸਾਰੀ ਤੁਹਾਡੇ ਦਿਮਾਗ ਦੀ ਕਾਢ ਹੈ, ਦਿਮਾਗ ਤੁਹਾਨੂੰ ਭਜਾਉਂਦਾ ਅੱਗੇ ਪਿੱਛੇ, ਉਹੀ ਤੁਹਾਨੂੰ ਦੁਖੀ ਕਰਦਾ, ਠੀਕ ਹੈ। ਜੇ ਤੁਸੀਂ ਇਸ ਕਮਰੇ 'ਚ ਬੈਠ ਕੇ ਇਹ ਸੋਚੋਗੇ ਵੀ ਅੱਜ ਐਂ ਨਹੀਂ ਕਰਿਆ ਫਲਾਣੇ ਨੇ ਐਂ ਕੀਤਾ ਤਾਂ ਦੁਖੀ ਹੋ, ਜੇ ਤੁਸੀਂ ਇਸ ਕਮਰੇ 'ਚ ਬੈਠ ਕੇ ਸੋਚੋਗੇ ਵੀ ਬਾਬਾ ਜੀ ਦੀ ਫੋਟੋ ਹੈ, ਇਹਨਾਂ ਬਾਰੇ ਸੋਚੋਗੇ, ਆ ਪਿੱਛੇ ਤੁਹਾਡੇ ਗੈਰੇਜ ਹੈ, ਤੁਸੀਂ ਆਪਦੀਆਂ ਗੱਡੀਆਂ ਦਾ ਉਹਦੇ 'ਚ ਆਨੰਦ ਲਓਗੇ ਤਾਂ ਤੁਸੀਂ ਖੁਸ਼ ਹੋ ਜਾਓਗੇ। ਇਹ ਇਸੇ ਬਾਬਤ ਨਾਲ ਮਾਨ ਸਾਹਿਬ ਮੇਰਾ ਇੱਕ ਸਵਾਲ ਸੀ, ਥੋੜ੍ਹਾ ਜਿਹਾ ਮੈਂ ਲੇਟ ਪੁੱਛਣਾ ਸੀ ਪਰ ਹੁਣ ਪੁੱਛ ਲੈਂਦਾ ਵੀ ਜ਼ਿੰਦਗੀ ਦੇ ਵਿੱਚ ਨਾ ਤੁਸੀਂ ਬਹੁਤ ਸੌਟਡ ਆਊਟ ਲੱਗਦੇ ਹੋ, ਠੀਕ ਆ, ਵੀ ਜਿਵੇਂ ਮੈਂ ਕਹਿ ਲਵਾਂ ਵੀ ਮਨ ਦੇ ਉੱਤੇ ਕੰਟਰੋਲ ਹੈ ਪੂਰਾ, ਹੈ ਨਾ, 100%। ਤੇ ਇਸ ਦਾ ਇਸ ਕਿੱਥੋਂ, ਕਿਤਾਬਾਂ ਤੋਂ, ਗੁਰਬਾਣੀ ਤੋਂ, ਨੇਚਰ ਤੋਂ, ਕਿਵੇਂ? ਦੇਖੋ ਪੰਜਾਬੀ ਹੈ ਜਿਹੜੇ, ਹਾਂਜੀ, ਜਿਹੜੇ ਪੰਜਾਬ 'ਚ ਜੰਮੇ ਆ, ਹਾਂਜੀ, ਉਹਨਾਂ 'ਚੋਂ ਸਭ ਤੋਂ ਪਹਿਲਾ ਪ੍ਰਭਾਵ ਬਾਬਾ ਗੁਰੂ ਨਾਨਕ ਸਾਹਿਬ ਦਾ ਹੀ ਹੁੰਦਾ। ਬਿਲਕੁਲ, ਜਾਂ ਜਿਹੜੇ ਉਹਦੇ ਭਗਤਾਂ ਦੀ ਬਾਣੀ ਅਸੀਂ ਸੁਣੀ, ਕਿਉਂਕਿ ਸਾਡੇ ਮਾਂ ਬਾਪ ਨੇ ਜਿੱਥੇ ਮੱਥਾ ਟਿਕਾਇਆ ਸੀ ਉੱਥੇ ਟੇਕਦੇ ਹਾਂ। ਹਾਂਜੀ, ਬਿਲਕੁਲ, ਇਹ ਇੱਕ ਸਾਰੇ ਪੰਜਾਬੀਆਂ ਦੀ ਇਹੀ ਦੁਨੀਆ। ਹਾਂਜੀ, ਮਨ ਨੂੰ ਸਕੂਨ ਇਸ ਲਈ ਹੈ ਵੀ ਮਤਲਬ ਆਪਦੇ ਆਪ ਨੂੰ ਉੱਦਾਂ ਭਜਾਇਆ ਨਹੀਂ ਕਦੇ। ਤੁਸੀਂ ਬਹੁਤ ਸਾਲਾਂ ਦੇਖਿਆ ਹੋ, ਮੈਂ ਕਦੇ ਸਵਾਲ ਜਵਾਬ ਨਹੀਂ ਕਰਦਾ, ਨਾ ਸਵਾਲ ਕਰਦਾ ਨਾ ਜਵਾਬ ਦਿੰਦਾ, ਸਭ ਦੀ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਵਾਂ। ਹਾਂਜੀ, ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਉਹ ਬੇਲੋੜੀ ਬਹਿਸ ਤੋਂ ਬਚਦੇ ਹੋ। ਬਿਲਕੁਲ, ਜਿਹੜਾ ਤੁਸੀਂ ਝੱਖ ਮਾਰਨੀ ਹੈ ਇੰਟਰਨੈਟ 'ਤੇ 2 ਘੰਟੇ ਕਮੈਂਟ ਪੜ੍ਹ ਕੇ ਫਿਰ ਆਪਣਾ ਫੋਨ ਫੂਕਣਾ, ਉਹਦੇ ਨਾਲ ਬੈਟਰ ਰੈਸਟ ਹੈ ਬਾਈ। ਹਾਂਜੀ, ਉਹਨਾਂ ਚਿਰ ਕੋਈ ਸਬਜ਼ੀ ਗੁੱਡ ਲਓ, ਹਾਂਜੀ, ਉਹਨਾਂ ਚਿਰ ਆਪਦਾ ਫੂਡ ਤਿਆਰ ਕਰ ਲਓ, ਬਿਲਕੁਲ, ਆਪਦੀ ਗੱਡੀ ਨੂੰ ਧੋ ਲਓ, ਹਾਂਜੀ, ਹੈ ਨਾ, ਤੁਹਾਡਾ ਸਰੀਰ ਵੀ ਕੰਮ ਲੱਗੂ, ਆਪਦੇ ਘਰ ਦੀ ਸਫਾਈ ਕਰ ਲਓ ਆਪਣੇ ਦੀ। ਅੱਛਾ, ਤੋ ਤੁਹਾਡੀ ਆਪਣੀ ਨਿੱਜੀ ਜ਼ਿੰਦਗੀ ਨੂੰ ਸੋਹਣੀ ਬਣਾ ਲਓ ਵਿਹਲੇ ਟਾਈਮ 'ਚ। ਹਾਂਜੀ, ਬਟ ਸਾਡੀ ਕੀ ਪ੍ਰੋਬਲਮ ਹੈ ਕਿ ਤੁਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹੋ, ਇੱਥੋਂ ਦੇ ਜਿਹੜੇ ਲੋਕ ਨੇਟਿਵ ਆਏ ਆ ਜਿਹੜੇ ਗੋਰੇ ਆ, ਹਾਂਜੀ, ਉਹ ਕੀ ਸਾਡੇ ਜਿਹਾ ਫੋਨ ਵਰਤਦੇ? ਨਹੀਂ ਵਰਤਦੇ, ਨਹੀਂ ਵਰਤਦੇ। ਉਹਨਾਂ ਦੇ ਦਫ਼ਤਰਾਂ 'ਚ ਤੁਸੀਂ ਚੱਲੋ, ਕੀ ਇੰਨਾ ਫੋਨ ਵਰਤਦੇ? ਹਾਂਜੀ, ਸਾਡੇ ਉੱਤੇ ਨੈੱਟਵਰਕ ਸਸਤਾ ਬਹੁਤ ਹੈ। ਹਾਂਜੀ, ਉਹ ਹਰ ਬੰਦਾ ਮਤਲਬ ਲੱਗਿਆ ਹੋਇਆ,
ਔਰ ਹਰ ਬੰਦਾ ਸਵੇਰੇ ਉੱਠ ਕੇ ਸੋਚਦਾ ਵੀ ਮੈਂ ਇਸ ਦੁਨੀਆਂ ਦਾ ਪਹਿਲਾ ਤੇ ਮਹਾਨ ਵਿਅਕਤੀ ਹੈ, ਠੀਕ ਹੈ, ਇੱਥੋਂ ਦੁਨੀਆ ਸ਼ੁਰੂ ਹੋ ਜਾਂਦੀ ਹੈ, ਆਪਦੀ ਛੱਤ ਤੇ ਸੂਰਜ ਚੜ੍ਹਾ ਲੈਂਦੇ, ਠੀਕ ਹੈ, ਉੱਥੇ ਛਪਾ ਲੈਂਦੇ, ਠੀਕ ਹੈ ਜੀ, ਤੇ ਉੱਥੇ ਬਹਿ ਜਾਂਦੇ ਉੱਥੇ, ਮਤਲਬ ਆਹ ਉਹਨਾਂ ਦੀ ਲਾਈਫ ਹੈ। ਹਾਂਜੀ, ਜ਼ਿੰਦਗੀ ਬਹੁਤ ਖੁੱਲੀ ਹੈ, ਦੁਨੀਆ ਬਹੁਤ ਵੱਡੀ ਹੈ, ਹਾਂਜੀ, ਇਹ ਭਰੀ ਪਈ ਹੈ ਐਡਵੈਂਚਰ ਨਾਲ, ਜੇ ਨੇਚਰ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਇਹ ਐਡਵੈਂਚਰ ਲਈ ਹੈ, ਨਾ ਕਿ ਬਹਿਸਬਾਜ਼ੀ ਲਈ। ਬਿਲਕੁਲ ਜੀ। ਸੋ ਸਕੂਨ ਉਦੋਂ ਮਿਲਦਾ ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਂਦੇ। ਅਤੇ ਮਾਨ ਸਾਹਿਬ ਇਹ ਤਾਂ ਗੱਲ ਹੋ ਗਈ ਨਾ ਵੀ ਬਾਹਰਲੀ ਜਿਹੜੀ ਆਵਾਜ਼ ਆ, ਹੈ ਨਾ, ਵੀ ਉਹਨੂੰ ਤੁਸੀਂ ਮੈਂ ਕਹਿੰਦਾ ਵੀ ਬਲੌਕ ਕਰ ਦਿੰਦੇ ਹੋ, ਹੈ ਨਾ, ਵੀ ਮੇਰਾ ਆਪਣਾ ਉਹ ਆ, ਮੈਂ ਆਪਣੀ ਜਿਹੜੀ ਤੋਰੇ ਤੁਰੇ ਜਾਣਾ, ਹੈ ਨਾ, ਪਰ ਫਿਰ ਵੀ ਮਾਨ ਸਾਹਿਬ ਕੁਛ ਦੁੱਖ ਜ਼ਿੰਦਗੀ ਦੇ ਵਿੱਚ, ਹੈ ਨਾ, ਕੁਛ ਕੁਛ ਅਜਿਹਾ ਹੁੰਦਾ ਅਤੇ ਕੁਛ ਚੀਜ਼ ਤਾਂ ਹੋਊਗਾ ਵੀ ਤੁਹਾਨੂੰ ਜਦ, ਹੈ ਨਾ, ਕਿਸੇ ਚੀਜ਼ ਤੋਂ ਦੁੱਖ ਲੱਗਦਾ ਜਾਂ ਧੱਕਾ ਲੱਗਦਾ, ਉਸ ਤੋਂ ਤੁਹਾਡਾ ਮੈਂ ਕਹਿ ਲਵਾਂ ਵੀ ਐਸਕੇਪਿਜ਼ਮ ਕੀ ਆ, ਵੀ ਆਪਣੇ ਕੰਮ ਦੇ ਵਿੱਚ ਬਿਜ਼ੀ ਹੋ ਗਿਆ ਤਾਂ ਜ਼ਿਆਦਾ ਲੱਗਦਾ ਨਹੀਂ। ਅੱਛਾ, ਥੋੜ੍ਹੀ ਜਿਹੀ ਢੀਠ ਪ੍ਰਵਿਰਤੀ ਹੈ, ਹਾਂਜੀ, ਬੇਪਰਵਾਹ ਹੈ। ਪਰ ਜਦੋਂ ਕੋਈ ਸੱਜਣ ਮਿੱਤਰ ਆ ਕੇ ਕੋਈ ਮਤਲਬ ਇਹ ਕਹਿੰਦੇ ਆ ਵੀ ਯਾਰ ਇੱਦਾਂ ਹੋ ਗਿਆ, ਐ ਵੀ ਜਿੱਦਾਂ ਹੁਣ ਮੈਂ ਜਦੋਂ ਦਾ ਗਾਉਣ ਲੱਗਿਆ ਨਾ, ਉਦੋਂ ਇੱਕੋ ਗੱਲ ਚੱਲਦੀ ਹੈ ਕਿ ਜਦੋਂ ਮੈਂ ਗਾਉਣ ਨਹੀਂ ਸੀ ਲੱਗਿਆ ਤਾਂ ਬਹੁਤ ਲੋਕ ਇਹ ਕਹਿੰਦੇ ਸੀ ਇਹ ਖ਼ਬਰੇ ਦੀ ਰੀਲ ਰੂਲ ਕਰ ਦੇਣੀ, ਇਹ ਕੰਮ ਤਾਂ ਕਰਦਾ ਨਹੀਂ, ਮਿਹਨਤ ਨਹੀਂ ਤਾਂ ਸਾਰਾ ਦਿਨ ਅਵਾਰਾਗਰਦੀ ਕਰਦਾ, ਇੱਧਰੋਂ ਉੱਧਰ ਨੂੰ ਉੱਧਰ ਉੱਧਰ, ਫਿਰ ਰੀਲ ਆ ਗਈ, ਫਿਰ ਕਹਿੰਦੇ ਪਹਿਲੀ ਇਹ ਚੱਲ ਗਈ, ਅਗਲੀ ਦੇਖਾਂਗੇ, ਫਿਰ ਅਗਲੀ ਵੀ ਚੱਲ ਗਈ, ਫਿਰ ਕਹਿੰਦੇ ਹੁਣ ਦੇਖਾਂਗੇ ਕੀ ਕਰਦਾ, ਫਿਰ ਅਸੀਂ ਫਿਲਮ ਬਣਾਤੀ, ਫਿਲਮ ਵੀ ਐਸੀ ਜਿਹੜੀ ਸਿਸਟਮ ਦੇ ਐਨ ਮੂੰਹ ਦੇ ਚਪੇੜ ਮਾਰਦੀ ਸੀ, ਬਿਲਕੁਲ, ਔਰ ਉਹਦੇ ਲਈ ਅਸੀਂ ਸਫ਼ਰ ਵੀ ਬਹੁਤ ਸਾਲ ਕਰਿਆ, ਔਰ ਉਦੋਂ ਇੰਨਾ ਰੈਵਨਿਊ ਨਹੀਂ ਸੀ ਕਿਉਂਕਿ ਸ਼ੁਰੂ ਕਰਿਆ ਸੀ ਗਾਇਕੀ ਦਾ ਸਫ਼ਰ, ਨਹੀਂ ਫਿਰ ਉਹ ਵੀ ਚੱਲ ਗਈ। ਮਤਲਬ ਐਂ ਕਰਦੇ ਕਰਦੇ ਨਾ ਇੱਕ ਨਾ ਹਰ ਸਟੇਟ 'ਚ ਹਰ ਖਿੱਤੇ 'ਚ ਇੱਕ ਇਸ ਤਰ੍ਹਾਂ ਦੇ ਕੁਛ ਲੋਕ ਹੁੰਦੇ ਆ ਜਿਨ੍ਹਾਂ ਦੀ ਇੱਕ ਪ੍ਰੋਬਲਮ ਹੁੰਦੀ ਹੈ, ਬਿਲਕੁਲ, ਉਹਨਾਂ ਦੀ ਪ੍ਰੋਬਲਮ ਤੁਹਾਡੇ ਐਟੀਚਿਊਡ ਤੋਂ ਹੁੰਦੀ ਹੈ। ਉਹ ਕਿਉਂ ਹੁੰਦੀ ਹੈ? ਦੇਖੋ ਤੁਸੀਂ ਆਪਦੇ ਸਵੈਗ 'ਚ ਜੀਉਂਦੇ ਆ, ਸੈਲਫ ਰਿਸਪੈਕਟ ਮੰਗਦੇ, ਬਿਲਕੁਲ, ਸਾਹਮਣੇ ਵਾਲਾ ਨੂੰ ਹੰਕਾਰ ਕਹਿ ਦਿੰਦਾ, ਬਸ ਆਹੀ ਪ੍ਰੋਬਲਮ ਹੈ, ਅਤੇ ਉਹ ਫਿਰ ਉਹ ਇੱਕ ਇਸ ਤਰ੍ਹਾਂ ਦੀ ਟੀਮ ਹਰ ਬੰਦੇ ਦੇ ਖਿਲਾਫ਼ ਉਤਪੰਨ ਹੋ ਜਾਂਦੀ ਹੈ। ਜਦੋਂ ਤੁਹਾਡਾ ਮੈਂ ਕਹਿ ਰਿਹਾ ਜਾ ਪਿੱਛੇ, ਬਹੁਤ ਲੋਕ ਐਸੇ ਹੋਣਗੇ ਜਿਹਨਾਂ ਤੋਂ ਤੁਸੀਂ ਪੈਸੇ ਮੰਗ ਲੈਣੇ, ਭਾਈ ਗੱਡੀ ਠੀਕ ਰਹੀ ਸੀ ਪੈਸੇ ਦੇ, ਉਹਨਾਂ ਨੇ ਕਹਿਣਾ ਉਹਦਾ ਬੰਦ ਉਹ ਗੱਡੀ ਖਰਾਬ ਕਰ ਦਿੰਦਾ, ਤਾਂ ਖਰਾਬ ਕਰ ਦਿੰਦਾ, ਉਹਨਾਂ ਦਾ ਪੰਪ ਨਹੀਂ ਬੰਨਣਾ, ਉਹਦਾ ਵੀਲ ਵੈਲ ਸਿੰਗ ਵੀ ਨਹੀਂ ਆਉਂਦੀ, ਉਹ ਇੱਦਾਂ ਦਾ ਇੱਦਾਂ ਇੱਕ ਚੱਲ ਪੈਂਦੀਆਂ ਨਾਲ, ਬਿਲਕੁਲ, ਉਹ 20 ਸਾਲ ਤੋਂ ਇੱਦਾਂ ਦੇ ਲੋਕ ਹੈਗੇ ਆ, ਉਹ ਹਰ ਪੈਰ 'ਤੇ ਉਹ ਕਦੇ ਨਸ਼ੇੜੀ, ਕਦੇ ਮਤਲਬ ਵਿਲਨ ਬਣਾ ਕੇ ਪੇਸ਼ ਕਰਤਾ, ਮਤਲਬ ਹਰ ਤਰ੍ਹਾਂ ਦਾ ਖਿਤਾਬ ਦਿੰਦਾ। ਆ ਪਿੱਛੇ ਜਦੋਂ ਕਿਸਾਨ ਅੰਦੋਲਨ ਸੀ ਉਦੋਂ, ਹਾਂਜੀ, ਕਾਮਰੇਡ, ਮੈਨੂੰ ਵੀ ਮੈਂ ਸੋਚਿਆ ਕਾਮਰੇਡ ਦਾ ਮਤਲਬ ਹੁੰਦਾ ਸਾਥੀ, ਹਾਂਜੀ, ਔਰ ਕਾਮਰੇਡ ਇੱਕ ਫਿਲੋਸਫੀ ਹੈ, ਬਿਲਕੁਲ, ਸਿੱਖ ਧਰਮ ਹੈ, ਇਹ ਦੋ ਅਲੱਗ ਅਲੱਗ ਚੀਜ਼ਾਂ, ਹਾਂਜੀ, ਇਹਨੂੰ ਰਲ ਗੱਡ ਕਰਨਾ ਮੂਰਖਤਾ, ਆਸਥਾ ਆਪਣੀ ਜਗ੍ਹਾ, ਵਿਚਾਰ ਆਪਣੀ ਜਗ੍ਹਾ, ਔਰ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਸ਼ਬਦ ਲਏ ਆਉਂਦੇ ਆ, ਇੱਦਾਂ ਦੇ ਮੂਰਖ ਨਾਲ ਟੋਲਾ ਚੱਲਦਾ ਰਹਿੰਦਾ। ਹਾਂਜੀ, ਉਹ ਕਈ ਵਾਰੀ ਫਿਰ ਮੈਂ ਸਮਾਜਿਕ ਗਾਣਾ ਜਿਹੜਾ ਕਰਨੇ ਤੋਂ ਰੁਕ ਜਾਂਦਾ, ਫਿਰ ਮੈਨੂੰ ਲੱਗਦਾ ਹੁੰਦਾ ਚਲੋ ਜੇ ਅਸੀਂ ਨਹੀਂ ਸਮਾਜ ਲਈ ਕੋਈ ਚੰਗੀ ਗੱਲ ਕਰਦੇ ਫਿਰ ਆਪਾਂ ਹੋਰ ਵੇਖ ਲੈਂਦੇ ਕਿਹੜਾ ਕਰਦਾ, ਹਾਂਜੀ, ਫਿਰ ਨਹੀਂ ਹੁੰਦੀ, ਫਿਰ ਕਰਨੀ ਪੈਂਦੀ ਦੂਜਿਆਂ ਨੂੰ ਮੌਕਾ ਦੇ, ਹਾਂ, ਫਿਰ ਕਰਨੀ ਪੈਂਦੀ। ਹਾਂਜੀ, ਹਾਂ, ਠੀਕ ਹੈ ਜੀ ਮਾਨ ਸਾਹਿਬ, ਚਾਲ ਨਹੀਂ ਛੱਡਣੀ, ਆਪਾਂ ਆਪਣੀ ਮਸਤੀ 'ਚ ਰਹਿਣਾ, ਕੋਈ ਕੀ ਕਹਿੰਦਾ ਪਰਵਾਹ ਨਹੀਂ ਕਰਨੀ, ਠੀਕ ਹੈ, ਆ ਚਲੋ ਹੁੰਦਾ ਹੈ, ਆਪਾਂ ਇਮੋਸ਼ਨਲ ਹਾਂ, ਕਈ ਵਾਰੀ ਜ਼ਿੰਦਗੀ 'ਚ ਗੁੱਸਾ ਵੀ ਆ ਜਾਂਦਾ, ਹਾਂਜੀ, ਬਟ ਉਹ ਕੂਲਨ ਹੋ ਜਾਂਦਾ। ਇੱਕ ਮਾਨ ਸਾਹਿਬ ਹੋਰ ਗੱਲ ਨਾ ਤੁਹਾਡੀ, ਜਿਹੜੀ ਮੈਂ ਕਹਿ ਲਵਾਂ ਵੀ ਗਾਇਕੀ ਦੇ ਖੇਤਰ ਵਿੱਚ ਵੀ ਨਾ ਜਿਹੜੀ ਦੂਜਿਆਂ 'ਤੇ ਨਿਰਭਰਤਾ ਉਹ ਬਹੁਤ ਘੱਟ ਆ, ਹੈ ਨਾ, ਕਿਉਂਕਿ ਗਾਉਂਦੇ ਵੀ ਆਪ ਹੋ, ਓਬਵੀਅਸਲੀ ਗਾਉਣਾ ਤਾਂ ਆਪ ਹੀ ਆ, ਲਿਖਦੇ ਵੀ ਆਪ ਹੋ, ਅਤੇ ਜਿਹੜਾ ਸੰਗੀਤ ਆ, ਹੈ ਨਾ, ਉਹਦੀਆਂ ਧੁਨਾਂ ਵੀ ਆਪ ਹੀ ਬਣਾਉਂਦੇ ਹੋ, ਹੈ ਨਾ, ਇਹ ਕਿਉਂ ਮਾਨ ਸਾਹਿਬ ਵੀ ਦੂਜੇ ਨਾਲ ਕੰਮ ਕਰਨਾ ਵੀ ਇੱਕ ਤਾਂ ਹੁੰਦਾ ਨਾ ਵੀ ਥੋੜ੍ਹਾ ਔਖਾ ਲੱਗਦਾ ਹੈ ਕਿ ਉਹ ਵਿਚਾਰਾਂ ਦੀ ਸਾਂਝ ਨਹੀਂ ਉੱਦਾਂ ਰਲ ਪਾਉਂਦੀ ਜਾਂ ਇੱਦਾਂ ਦਾ ਕੁਛ ਨਹੀਂ, ਡਿਪੈਂਡ ਕਰਦਾ ਜੇ ਤੁਸੀਂ ਆਪ ਹੀ ਕਰ ਹੀ ਸਕਦੇ ਹੋ ਫਿਰ ਕਾਹਦੇ ਲਈ ਬਾਹਰ ਭੱਜੇ ਫਿਰਨਾ। ਬਿਲਕੁਲ ਜੀ,
ਔਰ ਮੇਰਾ ਵਿਜ਼ਨ ਸੀ ਬਚਪਨ ਤੋਂ ਕਿ ਮੈਂ ਆਪ ਹੀ ਸਾਰਾ ਕੰਮ ਕਰਾਂ ਔਰ ਐਜ਼ ਏ ਟੈਕਨੀਸ਼ੀਅਨ ਮੈਂ ਵੀ ਬਹੁਤ ਕੰਮ ਕਰਦਾ ਰਹਿੰਦਾ ਆਪਦੇ ਸਟੂਡੀਓ 'ਚ ਆਪ ਹੀ ਮੈਨੂੰ ਹਰ ਤਰ੍ਹਾਂ ਦਾ ਹੀ ਸ਼ੌਕ ਹੈ ਇਹ ਨਹੀਂ ਵੀ ਮੈਂ ਗਾਣਾ ਕੰਪੋਜ਼ ਕਰਕੇ ਮਿਊਜ਼ਿਕ ਪਾਰਟ ਬਣਾ ਕੇ ਜ਼ਰੂਰੀ ਨਹੀਂ ਕਿਸੇ ਮਿਊਜ਼ੀਸ਼ੀਅਨ ਨੂੰ ਆਪ ਡਾ ਕੇ ਹੁਣ ਕਰ ਲੈ ਬਹੁਤੇ ਗਾਣੇ ਮੈਂ ਆਪ ਹੀ ਮਤਲਬ ਉਹਨਾਂ ਨੂੰ ਟੈਕਨੀਕਲੀ ਵੀ ਆਪ ਹੀ ਸੈੱਟ ਕਰਦਾ ਬਸ ਇੱਕ ਮਿਕਸਿੰਗ ਛੱਡ ਕੇ ਹੈਬਿਟ ਹੈ ਕੰਮ ਦਾ ਹਿੱਸਾ ਹੀ ਹੈ ਕੰਮ ਦਾ ਹਿੱਸਾ ਹੀ ਹੈ ਜੇ ਤੁਸੀਂ ਫੁਲਕਾ ਮਤਲਬ ਬਣਾ ਲੈਂਦੇ ਹੋ ਤੇ ਜੇ ਨਾਲ ਤੁਸੀਂ ਭੁਰਜੀ ਬਣਾ ਲਓਗੇ ਤਾਂ ਹਰਜ ਕੀ ਹੈ ਬਿਲਕੁਲ ਜੀ ਹੁਣ ਇਹ ਤਾਂ ਹੈ ਨਹੀਂ ਵੀ ਤੁਸੀਂ ਰੋਟੀ ਬਣਾ ਸਕਦੇ ਤੁਸੀਂ ਗੁਆਂਢੀ ਨੂੰ ਕੱਲ੍ਹ ਤੋਂ ਕਹੋਗੇ ਯਾਰ ਮਾੜੀ ਸਬਜ਼ੀ ਦੇ ਦਈਏ ਹਾਂਜੀ ਹੈ ਨਾ ਉਹ ਵੀ ਬਣਾ ਲਓ ਸੋ ਮਿਊਜ਼ਿਕ ਇੱਦਾਂ ਮੇਰੀ 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 ਜ਼ਿੰਦਗੀ ਸੰਗੀਤ ਹੈ ਬਿਲਕੁਲ ਆਰਟਿਸਟਾਂ ਦੀ ਜ਼ਿੰਦਗੀ ਡਿਫਰੈਂਟ ਹੁੰਦੀ ਹੈ ਹਾਂਜੀ ਉਹਨਾਂ ਦੀ ਇੱਕ ਸਵੇਰ ਸ਼ਾਮ ਸਮਾਜਿਕ ਮੀਡੀਆ 'ਤੇ ਲਾਈਵ ਹੋ ਕੇ ਗੱਲਾਂ ਕਰਨੀਆਂ ਅਤੇ ਆਪਦੇ ਆਪ ਨੂੰ ਪ੍ਰਮੋਟ ਕਰਨਾ ਆਰਟਿਸਟਾਂ ਦੀ ਇਹ ਜ਼ਿੰਦਗੀ ਮੇਰੀ ਇਹ ਜ਼ਿੰਦਗੀ ਦੀ ਮੇਰੀ ਜ਼ਿੰਦਗੀ ਗਾਉਣਾ ਕੰਮ ਕਰਕੇ ਉਹਦੇ 'ਤੇ ਪਾ ਕੇ ਨੈੱਟ 'ਤੇ ਫਿਰ ਆਪਦਾ ਆਪਦੀ ਜ਼ਿੰਦਗੀ ਨੂੰ ਜਿਉਣਾ ਅਲੱਗ ਤਰ੍ਹਾਂ ਬਿਲਕੁਲ ਜੀ ਸੋ ਆਪ ਡਿਪੈਂਡ ਕਰਦਾ ਤੁਹਾਡੀ ਸੋਚ 'ਤੇ ਠੀਕ ਹੈ ਜੀ ਮਾਨ ਸਾਹਿਬ ਗੱਲਾਂ ਤਾਂ ਆਪਾਂ ਸ਼ੁਰੂ ਆਪਾਂ ਆਸਟ੍ਰੇਲੀਆ ਦੌਰੇ ਤੋਂ ਕਰਨੀਆਂ ਸੀ ਪਰ ਮੈਂ ਸਮਾਜਿਕ ਪਾਸੇ ਨੂੰ ਲੈ ਗਿਆ ਜੀਵਨ ਸ਼ੈਲੀ ਵੱਲ ਨੂੰ ਲੈ ਗਿਆ ਅਤੇ ਹੁਣ ਸਵਾਲ ਤੁਹਾਨੂੰ ਇਹ ਮਾਨ ਸਾਹਿਬ ਇੱਕ ਲੰਬੇ ਵਕਫੇ ਬਾਅਦ ਆਸਟ੍ਰੇਲੀਆ ਦਾ ਦੌਰਾ ਲੱਗਿਆ ਹੈ ਨਾ ਅਤੇ ਖਾਸ ਕਰ ਬ੍ਰਿਸਬਨ ਕਰਕੇ ਪਰ ਲੋਕਾਂ ਦਾ ਜਿਹੜਾ ਉਤਸ਼ਾਹ ਵਾ ਹੈ ਨਾ ਦੇਖਦੇ ਹੀ ਬਣਦਾ ਵਾ ਮੈਂ ਇਸ ਗੱਲ ਨੂੰ ਭਾਗਾ ਨਾ ਵੀ ਮੈਂ ਜਦੋਂ ਦਾ ਗਾਉਣ ਲੱਗਿਆ ਮੈਨੂੰ ਇੱਦਾਂ ਹੀ ਪਿਆਰ ਲੱਗਦਾ ਜਦੋਂ ਆਪਾਂ ਜਦੋਂ ਆਸਟ੍ਰੇਲੀਆ 'ਚ 2000 ਦੇ ਆਸ ਪਾਸ 2001-2 ਦੇ ਸਾਡੇ ਲੋਕ ਬਹੁਤ ਘੱਟ ਸੀ ਉਦੋਂ ਛੋਟੇ ਸ਼ਹਿਰਾਂ 'ਚ ਉਦੋਂ ਵੀ ਮੈਂ ਆਉਂਦਾ ਹੁੰਦਾ ਸੀ ਈਵਨ ਕੁਛ ਈਵੈਂਟ ਕੰਪਨੀ ਵਾਲੇ ਸਾਨੂੰ ਟਾਈ ਅਪ ਕਰਦੇ ਸੀ ਉਹ ਕਹਿੰਦੇ ਸੀ ਵੀ ਅਸੀਂ ਤੁਹਾਡੇ 2 ਸ਼ੋਅ ਲੈਣੇ ਚਾਹੁੰਦੇ ਹਾਂ ਸਿਡਨੀ ਅਤੇ ਮੈਲਬੋਰਨ ਅੱਛਾ ਜੀ ਅਤੇ ਮੈਂ ਕਿਹਾ ਜਿਹੜੇ ਬਾਕੀ ਸ਼ਹਿਰਾਂ ਵਾਲਾ ਉਹ ਕੀ ਕਰਨਗੇ ਉਹ ਕਹਿੰਦੇ ਵੀ ਸਾਡਾ ਸਿਸਟਮ ਇਹ ਹੈ ਵੀ ਅਸੀਂ ਜਿਹੜੇ ਸ਼ੋਆਂ 'ਚ ਵੱਧ ਆਡੀਅੰਸ ਉਹੀ ਕਰਾਉਣੇ ਮੈਂ ਕਹਿੰਦੀ ਇਹ ਮੇਰਾ ਫੋਰਮੈਟ ਨਹੀਂ ਮੈਂ ਹਰ ਉਸ ਸ਼ਹਿਰ 'ਚ ਜਾਊਂਗਾ ਜਿੱਥੇ ਪੰਜਾਬੀ ਮੈਨੂੰ ਆਵਾਜ਼ ਮਾਰਦੇ ਆ ਬਿਲਕੁਲ ਉਹ ਹਾਲ 'ਚ ਇੱਕ ਬੰਦਾ ਚਾਹੋ 100 ਆ ਚਾਹੋ 1000 ਆ ਚਾਹੋ 5000 ਆ ਸੋ ਇਸੇ ਕਰਕੇ ਮੈਂ ਸਾਰੇ ਸ਼ਹਿਰਾਂ 'ਚ ਕਰਦਾ ਹੁੰਦਾ ਜਦੋਂ ਕਰਦਾ ਹੁੰਦਾ ਨਾ ਬਿਲਕੁਲ ਜੀ ਮੇਰਾ ਮੇਰੇ ਮੇਰਾ ਇਹ ਮਿਸ਼ਨ ਹੈ ਕਿ ਮੈਂ ਜਿਹੜੇ ਸਾਡੇ ਨੌਜਵਾਨ ਪੰਜਾਬੀ ਇਹਨਾਂ ਇਹੀ ਇਸ ਬਿਜ਼ਨਸ 'ਚ ਆਉਣ ਸ਼ੋਅ 'ਚ ਸਾਡੇ ਮੁੰਡਿਆਂ ਨੂੰ ਰੁਜ਼ਗਾਰ ਮਿਲੇ ਅਤੇ ਇਹਨਾਂ ਨੂੰ ਅਸੀਂ ਕਾਰਪੋਰੇਟ ਦੇ ਬਰਾਬਰ ਖੜਾ ਕਰ ਦਾਂਗੇ ਨੈਕਸਟ ਸ਼ੋਅ ਤੱਕ ਨਾ ਬਿਲਕੁਲ ਜੀ ਅਤੇ ਮਾਨ ਸਾਹਿਬ ਹੁਣ ਗੱਲ ਕਰਦੇ ਫਿਲਮਾਂ ਦੀ ਹੈ ਨਾ ਲੰਬੇ ਸਮੇਂ ਬਾਅਦ ਅਮਤੋਜ ਮਾਨ ਉਹਨਾਂ ਦੇ ਨਾਲ ਸੁੱਚਾ ਸੂਰਮਾ 20 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾ ਰਹੀ ਹੈ ਨਾ ਜੀ ਅਤੇ ਫਸਟ ਲੁੱਕ ਮੋਸ਼ਨ ਪੋਸਟਰ ਬਹੁਤ ਵਧੀਆ ਲੱਗਦਾ ਛੋਟੀਆਂ ਛੋਟੀਆਂ ਬਹੁਤ ਪਸੰਦ ਕਰ ਛੋਟੀਆਂ ਛੋਟੀਆਂ ਗੱਲਾਂ ਦਾ ਮੈਂ ਕਹਿੰਦਾ ਵੀ ਧਿਆਨ ਰੱਖਿਆ ਗਿਆ ਜਿਵੇਂ ਵੀ ਪੱਗ ਬੰਨਣ ਦਾ ਤਰੀਕਾ ਹੈ ਨਾ ਅਤੇ ਜਿਸ ਤਰ੍ਹਾਂ ਘੋੜਾ ਵੀ ਹੈ ਨਾ ਜਿੱਥੇ ਕੱਪੜਿਆਂ ਦੇ ਵੀ ਰੰਗ ਕੱਪੜਿਆਂ ਦਾ ਰੱਖਿਆ ਕਿਉਂਕਿ ਉਸ ਟਾਈਮ ਜਿਹੜੇ ਨੂੰ ਸੋਚ ਕੇ ਬਣਾਇਆ ਸੀ ਕਿ ਕਿਸ ਤਰ੍ਹਾਂ ਦੇ ਗਾੜੇ ਗਾੜੇ ਰੰਗ ਹੋਣਗੇ ਕਾਲੇ ਕਾਲੇ ਰੰਗ ਤੇ ਕਿਉਂਕਿ ਆਪਾਂ ਜਦੋਂ ਅਸੀਂ ਪਿੰਡਾਂ 'ਚ ਹੁੰਦੇ ਸੀ ਨਾ ਜਦੋਂ ਛੋਟੇ ਹੁੰਦੇ ਸੀ ਉਦੋਂ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਜਿਹੜੇ ਜਦੋਂ ਕਿਸੇ ਵਿਆਹ ਸ਼ਾਦੀ 'ਤੇ ਜਾਂਦੇ ਸੀ ਤਾਂ ਪੱਗਾਂ 'ਤੇ ਉਹਨਾਂ ਦੇ ਰੰਗ ਦਾ ਥੋੜ੍ਹਾ ਜਿਹਾ ਵਖਰੇਵਾਂ ਹੁੰਦਾ ਸੀ ਹਾਂਜੀ 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 ਆਮ ਤੌਰ 'ਤੇ ਤਾਂ ਚਿੱਟਾ ਕੁੜਤਾ ਪਜਾਮਾ ਹੀ ਹੁੰਦਾ ਸੀ ਜੋ ਖੇਤਾਂ ਨੂੰ ਵੜਦੇ ਸੀ ਜਾਂ ਥੋੜ੍ਹਾ ਜਿਹਾ ਆਪਣਾ ਸਲੇਟੀ ਰੰਗ ਦਾ ਹਾਂਜੀ ਹਾਂਜੀ ਉਹ ਬੜੀ ਬਰੀਕੀ ਨਾਲ ਬਹੁਤ ਬਰੀਕੀ ਨਾਲ ਆਪਣੇ ਆਪ 'ਚ ਹੀ ਮੈਂ ਕਹਿੰਦਾ ਵੀ ਉਹ ਨਾ ਕਿੰਨਾ ਕੁਛ ਬੋਲ ਜਾਂਦਾ ਜੀ ਕਿਵੇਂ ਕਹਿੰਦੇ ਹੁੰਦੇ ਨੇ ਅਤੇ ਇੱਥੋਂ ਤੱਕ ਫਿਲਮ ਦੀ ਇੱਕ ਇਹ ਦੇਖੋ ਵੈਸੇ ਤਾਂ ਚਲੋ ਹਰ ਬੰਦਾ ਤਾਰੀਫ ਕਰਦਾ ਹਾਂਜੀ ਮੈਂ ਉਸ ਤਰ੍ਹਾਂ ਤਾਂ ਕਰ ਨਹੀਂ ਸਕਦਾ ਤਾਰੀਫ ਹਾਂਜੀ ਕਿਉਂਕਿ ਅਸੀਂ ਕੰਮ ਕਰਿਆ ਪਰ ਇਹਦੇ 'ਚ ਇੱਕ ਖਾਸੀਅਤ ਇਹ ਹੈ ਕਿ ਮੇਰਾ ਨਾ ਪਿੰਡ ਦਾ ਮੇਰਾ ਬੜਾ ਪਿਆਰਾ ਛੋਟਾ ਭਰਾ ਸੀ ਉਹਦੀ ਡੈਥ ਹੋ ਗਈ ਤੇਜ਼ੀ ਸੀ ਮੁੰਡਾ ਸਾਡਾ ਹਾਂਜੀ ਅਤੇ ਉਹ ਜਦੋਂ ਅਸੀਂ ਸ਼ੂਟਿੰਗ ਕਰਨੀ ਸੀ ਉਹ ਕਹਿੰਦੇ ਵੀ ਵੀਰ ਅਸੀਂ ਤਾਂ ਨਾਲੇ ਰਹਿਣਾ ਸ਼ੂਟਿੰਗ ਦੇ ਮੈਂ ਤਾਂ ਅਸੀਂ ਰਾਜਸਥਾਨ ਸ਼ੂਟਿੰਗ ਕਰੀ ਸੀ ਅਤੇ ਸਿਆਲ ਦੇ ਦਿਨ ਸੀ ਉਹ ਪਹਿਲੀ ਵਾਰੀ ਸ਼ੁਰੂ ਹੋਈ ਤਾਂ ਕਾਫਲਾ ਉੱਤੇ ਨੂੰ ਸਾਰੇ ਸਾਡੇ ਮੁੰਡੇ ਬਹੁਤ ਸੀ ਹਾਂਜੀ ਉਹ ਪਹਿਲੇ ਦਿਨ ਸੈੱਟ 'ਤੇ ਗਿਆ ਅਤੇ ਉਹਨੂੰ ਸੈੱਟ 'ਤੇ ਜਦੋਂ ਉਦੋਂ ਵਿਆਹ ਦੇ ਸ਼ੋਟ ਸੀ ਪਹਿਲਾਂ ਸ਼ੁਰੂ 'ਚ ਹਾਂਜੀ ਇੱਕ ਵਿਆਹ ਦੇ ਸੀਨ ਸੀ ਨਰਾਇਣ ਦੇ ਵਿਆਹ ਦਾ ਠੀਕ ਸੀ ਅਤੇ ਉਹ
ਉਹਦੇ ਪਿੰਡ ਤੋਂ ਤਿਆਰੀ ਫਿਰ ਕੁੜੀ ਦੇ ਪਿੰਡ ਜਾਣ ਦੀ। ਉਹ ਤੇਜੀ ਮੇਰਾ ਜਿਹੜਾ ਮੁੰਡਾ ਸੀ ਤਾਂ ਉਹ ਮੈਨੂੰ ਕਹਿੰਦਾ ਵੀ ਉਹ ਅਗਲੇ ਦਿਨ ਸਵੇਰੇ ਅਸੀਂ ਉੱਠੇ ਨਾ ਤਾਂ ਮੈਨੂੰ ਕਹਿੰਦਾ ਵੀਰ ਜੀ ਮੈਂ ਹੁਣ ਦਾੜੀ ਵਧਾਉਣ ਲੱਗਿਆ। ਮੈਂ ਕੀ ਹੋਇਆ? ਕਹਿੰਦਾ ਵੀਰ ਜੀ ਇਹ ਫਿਲਮ ਦੇਖ ਕੇ ਐਂ ਲੱਗਦਾ ਜਿਵੇਂ 1920-21 'ਚ ਫਿਰਦੇ ਆ। ਕਹਿੰਦਾ ਹਾਂਜੀ, ਕਿਉਂਕਿ ਉਹਦੇ ਸਾਰੇ ਕਰੈਕਟਰ ਤੁਹਾਨੂੰ ਰਫ ਲੁੱਕ ਵਾਲੇ ਮਿਲਣਗੇ, ਤੁਹਾਨੂੰ ਉਹਦੇ 'ਚ ਕੋਈ ਚੋਕਲੇਟ ਟੈਪ ਫੇਸ ਨਹੀਂ ਮਿਲਣਾ, ਆਮ ਤੌਰ 'ਤੇ ਜਿੱਦਾਂ ਫਿਲਮ 'ਚ ਕੋਈ ਪੋਲਿਸ਼ਡ ਫੇਸ ਨਹੀਂ ਮਿਲਣਾ। ਮੈਂ ਤਾਂ ਈਵਨ ਮੇਕਅਪ ਨੂੰ ਗਿਆ ਸੀ, ਮੇਰੇ ਮੇਕਅਪ ਨਹੀਂ ਜ਼ਿਆਦਾ ਕਰਨਾ, ਥੋੜ੍ਹਾ ਜਿਹਾ ਸਾਨੂੰ ਵੇਰੀਏਸ਼ਨ ਰੱਖਣਾ ਪੈ ਗਿਆ ਕਿਉਂਕਿ ਉਹਦੇ 'ਚ ਦੋ ਫੇਸ ਦਿਖਾਉਣੇ ਆ, ਪਹਿਲੀ ਫਾਂਸੀ ਤੋਂ ਬਾਅਦ ਹੋਰ ਤਰ੍ਹਾਂ ਦਾ ਅਤੇ ਦੂਜੀ ਫਾਂਸੀ ਤੋਂ ਬਾਅਦ ਜਦੋਂ ਬਰੀ ਹੋ ਕੇ ਆਉਂਦਾ ਤਾਂ ਇੱਕ ਹੋਰ ਤਰ੍ਹਾਂ ਦਾ ਥੋੜ੍ਹਾ ਜਿਹਾ ਗੈਟਅਪ ਦਾ, ਅਤੇ ਥੋੜ੍ਹਾ ਜਿਹਾ ਉਹਨਾਂ ਦੇ ਵੋਕਲ 'ਚ ਵੀ ਥੋੜ੍ਹਾ ਜਿਹਾ ਫਰਕ ਪਾਇਆ ਗਿਆ ਕਿ ਪਹਿਲਾਂ ਥੋੜ੍ਹਾ ਜਿਹਾ ਉੱਠਮਾਸੀ ਵੋਕਲ, ਫਿਰ ਥੋੜ੍ਹਾ ਜਿਹਾ ਠਹਿਰਾਵ ਆ ਗਿਆ, ਮੈਚਿਓਰਟੀ। ਠੀਕ ਹੈ। ਸੋ ਇੱਦਾਂ ਬਹੁਤ ਬਰੀਕ ਚੀਜ਼ਾਂ, ਅਤੇ ਉਹਦੀ ਜਿਹੜੀ ਲੁੱਕ ਆ ਨਾ ਤੁਹਾਨੂੰ ਬਹੁਤ ਮੈਨਲੀ ਲੁੱਕ ਆ ਇਸ ਫਿਲਮ। ਹਾਂਜੀ ਬਿਲਕੁਲ, ਉਹ ਪੋਸਟਰ ਦੇ ਵਿੱਚ ਵੀ ਲੱਗਦਾ ਨਾ ਵੀ ਜਿਸ ਤਰ੍ਹਾਂ ਸਾਰੇ ਕਰੈਕਟਰ, ਇਹ ਨਹੀਂ ਕਿ ਮੈਂ ਕੁੱਕਰ ਵੀ ਸਾਡਾ ਮੁੰਡਾ ਜਾਂ ਚੀਮਾ ਸਾਹਿਬ ਵੀ ਤੁਸੀਂ ਦੇਖੋਗੇ ਸਰਬਜੀਤ ਹੋਰਾਂ ਦਾ ਬੜਾ, ਮੈਨੂੰ ਲੱਗਦਾ ਮੈਂ ਹੱਸਦਾ ਸੀ ਚੀਮੇ ਨੂੰ, ਮੈਂ ਕਿਹਾ ਇਹ ਰੋਲ ਤੋਂ ਬਾਅਦ ਤੈਨੂੰ ਬੜੇ ਭਾਈ ਮੈਨੂੰ ਲੱਗਦਾ ਫਿਲਮਾਂ ਬਹੁਤ ਮਿਲ ਜਾਣੀਆਂ, ਕਿਉਂਕਿ ਉਹਦੇ 'ਚ ਲੁੱਕ ਬਹੁਤ ਨਿਖਾਰੀ ਆ, ਦੀ ਖਾਸੀਅਤ ਹੈ ਇਸ ਤਰ੍ਹਾਂ ਦੇ ਜਿਹੜੇ ਸਿਨਮਾ ਨਾ ਸਿਰ 'ਚ ਸਕਦਾ। ਹਾਂਜੀ ਹਾਂਜੀ, ਉਹ ਜਿਹੜੀ ਤੁਹਾਡੀ ਸਾਂਝ ਆ ਨਾ ਅੰਤੋਜ ਬਾਈ ਹੁਣ ਦੇ ਨਾਲ, ਉਹ ਹਵਾਏ ਦੇ ਵਿੱਚ ਵੀ ਦਿਖੀ ਤੇ ਹੁਣ ਤਾਂ ਖੈਰ ਨਾ ਕਿੰਨਾ ਲੰਬਾ ਸਮਾਂ, ਬਹੁਤ ਸਾਲ ਬੋਲੇ ਨਹੀਂ ਸੀ, ਮਿੱਤਰਤਾ ਸਾਡੀ ਬਹੁਤ ਸੀ ਵਿੱਚ, ਬੰਦੇ ਇਦਾਂ ਦੇ ਘੁਸਪੈਠੀਏ ਜਿੱਦਾਂ ਪੈ ਜਾਂਦੇ ਵਿੱਚ, ਉਹੀ ਜਿੱਦਾਂ ਦੱਸਿਆ ਨਾ ਵੀ ਕੁਛ ਬੰਦੇ ਨਾਲ ਨਾਲ ਚੱਲਦੇ ਰਹੇ। ਹਾਂਜੀ ਹਾਂਜੀ, ਬਟ ਫਿਰ ਸਾਡੇ ਸਾਂਝੇ ਸੱਜਣਾ ਦੀ ਜ਼ਿੱਦ ਸੀ ਵੀ ਇਕੱਠੇ ਕੰਮ ਕਰਨਾ। ਅੱਛਾ, ਪਹਿਲਾਂ ਸਾਰਾ ਗੜੀ ਲਿਖੀ ਸੀ ਅਸਲ 'ਚ। ਅੱਛਾ ਜੀ, ਸਾਰਾ ਗੜੀ ਲਿਖਦੇ ਲਿਖਦੇ ਉਹਦੇ ਸਾਰੇ ਕੈਰੈਕਟਰ ਵੀ ਫਾਈਨਲ ਹੋ ਗਏ ਸੀ, ਉਹ ਥੋੜ੍ਹੀ ਜਿਹੀ ਟਾਈਮ ਲੱਗ ਗਿਆ ਉਹਨੂੰ ਪ੍ਰੋਡਿਊਸਰ ਵੱਲੋਂ, ਉਹਨੇ ਚਿਰ ਦੂਜੇ ਬੰਬੇ ਵਾਲਿਆਂ ਨੇ ਬਣਾ ਦਿੱਤੀ ਸੀ, ਉਹ ਮੁੰਡਾ ਆਪਣਾ ਹੀ ਹੈ, ਪੰਜਾਬੀ ਹੈ ਸਾਡਾ। ਹਾਂਜੀ ਹਾਂਜੀ, ਹਰਜੀਤ ਸਿੰਘ ਉਹਨਾਂ ਦੀ ਫੈਮਿਲੀ। ਅੱਛਾ, ਫਿਰ ਅਸੀਂ ਉਹ ਆਈਡੀਆ ਤਿਆਗਤਾ ਵੀ ਹੁਣ ਨਹੀਂ ਚੰਗੇ ਲੱਗਦੇ, ਠੀਕ ਹੈ, ਬਟ ਉਹ ਵੀ ਫਿਲਮ ਬਹੁਤ ਡਿਫਰੈਂਟ ਵੇ 'ਚ ਲਿਖੀ ਸੀ। ਫਿਰ ਮਿਰਜ਼ਾ ਸਾਹਿਬਾਂ ਸੀ, ਫਿਰ ਉਹ ਕਹਾਣੀ ਵੀ ਕੰਪਲੀਟ ਹੋਈ। ਹਾਂਜੀ, ਫਿਰ ਇਹ ਕਹਾਣੀਆਂ ਚੱਲਦੀਆਂ ਸੀ ਵੀ ਕੋਈ ਆਪਣੇ ਧਰਨੇ 'ਤੇ ਕੁਛ ਲਿਖਣਾ ਸੀ। ਹਾਂਜੀ, ਫਿਰ ਮੈਂ ਉਹਨੂੰ ਕਿਹਾ ਨਹੀਂ ਆਪਾਂ ਇਸ ਆਈਡੀਆ 'ਤੇ ਵਰਕ ਕਰਦੇ ਹਾਂ, ਵਾਰੀਅਰ ਵਰਕ ਹੋਵੇ ਕੋਈ ਕੈਰੈਕਟਰ 'ਤੇ। ਹਾਂਜੀ, ਉਹਦੇ 'ਚ ਕਈ ਕੈਰੈਕਟਰ ਵਿਚਾਰੇ ਗਏ ਸੀ, ਦੁੱਲਾ ਭੱਟੀ ਦਾ ਵੀ ਸੀ, ਫਿਰ ਉਹਦਾ ਇਹ ਸੀ ਵੀ ਸੰਭਾਵਨਾਵਾਂ ਕਿਹਦੀਆਂ, ਕਿਹੜਾ ਅਸੀਂ ਈਜ਼ੀਲੀ ਬਣਾ ਸਕਦੇ ਹਾਂ, ਕਿਹੜਾ ਛੇਤੀ ਬਣਾ ਲਈਏ ਜਿਹੜਾ ਇਹਨਾਂ ਲਈ ਪ੍ਰੋਡਿਊਸਰ ਲਈ ਬਜਟ 'ਚ ਵੀ ਹੋਵੇ। ਠੀਕ ਹੈ, ਫਿਰ ਸਾਨੂੰ ਲੱਗਿਆ ਕਿ ਇਹ ਅਸੀਂ ਬਣਾ ਸਕਦੇ। ਅਤੇ ਮਾਨ ਸਾਹਿਬ, ਤੁਹਾਡੀ ਫਿਲਮ ਦੀ ਨਾ ਸਾਨੂੰ ਤਾਂ ਖੈਰ ਹਰ ਚੀਜ਼ ਹੀ ਪਸੰਦ ਆਉਂਦੀ ਹੈ, ਪਰ ਤੁਹਾਨੂੰ ਇਸ ਫਿਲਮ ਦੀ ਆਪਾਂ ਜੇ ਆਪਾਂ ਸਪੈਸੀਫਿਕ ਤੌਰ 'ਤੇ ਗੱਲ ਕਰੀਏ, ਹੈ ਨਾ ਵੀ ਤੁਹਾਡੇ ਮੂੰਹੋਂ ਸੁਣਿਆ ਵੀ ਇਹ ਜਿਹੜੀ ਫਿਲਮ ਤੋਂ ਬਾਅਦ ਆ ਵੀ ਤੁਸੀਂ ਆਸ ਕਰਦੇ ਹੋ ਵੀ ਇੱਦਾਂ ਦੀਆਂ ਫਿਲਮਾਂ ਦੀ ਇੱਕ ਲੀਹ ਤੁਰ ਪਊਗੀ, ਹੈ ਨਾ, ਪਰ ਤੁਹਾਡੇ ਪੱਖ ਤੋਂ ਅਸੀਂ ਲੀਹ ਭੰਨਣ ਦੇ ਸ਼ੌਕੀ ਹਾਂ, ਇਸੇ ਕਰਕੇ ਘੱਟ ਕੰਮ ਕਰਦੇ ਹਾਂ। ਠੀਕ ਹੈ ਜੀ, ਪਹਿਲਾਂ ਵੀ ਜਦੋਂ ਹਸ਼ਰ ਬਣਾਈ ਸੀ ਉਹ ਜ਼ਿੱਦ ਸੀ ਕਿ ਮੈਨੂੰ ਇਹ ਸ਼ੌਕ ਸੀ ਕਿ ਹਾਲਾਂਕਿ ਬਹੁਤ ਲੋਕ ਬਹੁਤ ਤਰ੍ਹਾਂ ਦੇ ਅੰਦਾਜ਼ੇ ਲਾਉਂਦੇ ਆ, ਹਾਂਜੀ, ਅਤੇ ਮੈਂ ਇਹਦਾ ਜਦੋਂ ਉਹ ਮੈਂ ਕੋਨਸੈਪਟ ਜਿਹੜਾ ਵਨ ਲਾਈਨਰ ਨਾ ਅਸੀਂ ਬਾਗ ਲਾਉਂਦੇ ਸੀ ਆਪਣੇ ਪਿੰਡ, ਅਤੇ ਉਹ ਵਨ ਲਾਈਨਰ ਅਸੀਂ ਉਦੋਂ ਲਿਖਿਆ ਸੀ ਪੋਲੀਟਿਕਸ 'ਤੇ ਯੂਨੀਵਰਸਿਟੀ ਦੀ, ਅਤੇ ਫਿਰ ਮੈਂ ਗੌਰਵ ਭਾਜੀ ਨੂੰ ਫੋਨ ਕਰਿਆ ਵੀ ਉਹ ਜੋ ਤਿਆਰ ਆਪਾਂ ਫਿਲਮ ਬਣਾਉਣੀ, ਪਹਿਲਾਂ ਅਜ਼ੀਮ ਸੀ ਸਾਡੇ ਨਾਲ, ਠੀਕ, ਬਟ ਉਹ ਨਹੀਂ ਉਹਦਾ ਥੋਟ ਨਹੀਂ ਸੀ ਸਾਡੇ ਨਾਲ, ਸੋ ਉਦੋਂ ਵੀ ਇਹ ਥੋਟ ਸੀ ਕਿ ਬਹੁਤ ਮੁੰਡੇ ਕੁੜੀਆਂ ਇਹਦੇ 'ਚ ਹੋਣ ਅਲੱਗ ਅਲੱਗ ਕੈਰੈਕਟਰਸ ਤਾਂ ਕਿ ਇੰਡਸਟਰੀ ਗਰੋ ਕਰੇ। ਹਾਂਜੀ, ਪੰਜਾਬੀ ਫਿਲਮਾਂ ਦਾ ਕੀ ਹੈ ਕਿ ਇੱਕ ਆ ਜਾਂਦੀ ਹੈ ਤਾਂ ਚੱਲ ਜਾਂਦੀ ਹੈ, ਤਾਂ 5-7 ਬਣ ਜਾਂਦੀਆਂ, ਜਦੋਂ 5-7 ਡਿੱਗ ਜਾਂਦੀਆਂ ਫਿਰ ਖੜ ਜਾਂਦੀਆਂ, ਫਿਰ ਖੜ ਜਾਂਦੀਆਂ, ਤੂੰ ਇੰਡਸਟਰੀ ਨਹੀਂ ਅਜੇ ਚੱਲ ਰਹੀ। ਉਦੋਂ ਵੀ ਮੇਰਾ ਇਹੀ ਵਿਜ਼ਨ ਸੀ,
ਇਸ ਫਿਲਮ 'ਚ ਵੀ ਤੁਸੀਂ ਇਹ ਨਹੀਂ ਕਿ ਮੈਂ ਉਹਦੇ 'ਚ ਮੁੱਖ ਭੂਮਿਕਾ ਨਿਭਾਈ ਹੈ, ਪਰ ਤੁਸੀਂ ਹਰ ਕਰੈਕਟਰ ਨੂੰ ਦੇਖੋਗੇ, ਤੁਹਾਨੂੰ ਵੀਰੋ ਵੀ ਦੇਖ ਕੇ ਲੱਗੂਗਾ ਵੀ ਕਿਆ ਕਮਾਲ ਅਦਾ ਕਰੀ, ਅਤੇ ਤੁਹਾਨੂੰ ਵਿਲਨ ਵਿਲਨ ਨਹੀਂ ਲੱਗੂਗਾ ਅਖੀਰ ਮੂਮੈਂਟ 'ਤੇ ਜਦੋਂ ਉਹਨੂੰ ਗੋਲੀ ਵੱਜਦੀ ਹੈ, ਕਿਉਂਕਿ ਉਹ ਕਿਸ ਮਜਬੂਰੀ ਦੇ ਤਹਿਤ ਇਸ ਪਾਸੇ ਆਇਆ, ਮਤਲਬ ਬਹੁਤ ਫਿਲਮਾਂ 'ਚ ਲੌਜਿਕ ਨਹੀਂ ਹੁੰਦੇ, ਲੌਜਿਕ ਨਹੀਂ ਹੁੰਦੇ ਇਸ ਫਿਲਮ 'ਚ, ਉਹਦਾ ਔਰਤ ਦਾ ਉਹ ਕਿਉਂ ਬਦਕਾਰ ਹੋਈ, ਹਾਂਜੀ ਬਿਲਕੁਲ, ਉਹ ਬਚਪਨ ਤੋਂ ਥੋੜ੍ਹੀ ਸੀ, ਹਾਂਜੀ, ਪਰ ਸਥਿਤੀਆਂ ਨੇ ਉਹਨੂੰ ਇੱਦਾਂ ਦਾ ਬਣਾ ਦਿੱਤਾ, ਹਾਂਜੀ, ਇੱਦਾਂ ਹੀ ਘੁੱਕਰ ਇੱਕ ਅੱਛਾ ਯਾਰ ਸੀ ਉਹਦਾ, ਹਾਂਜੀ, ਉਹ ਕਿਉਂ ਇੱਧਰ ਆ ਗਿਆ, ਹਾਂਜੀ, ਸੋ ਇਸ ਕਰਕੇ ਫਿਲਮ ਬੜੀ ਵਿਲੱਖਣ ਹੈ, ਮਤਲਬ ਇਹ ਇੱਕ ਸਾਂਭਣ ਵਾਲੀ ਫਿਲਮ ਹੈ, ਮੈਨੂੰ ਉਮੀਦ ਹੈ ਵੀ ਇਹ ਪੰਜਾਬੀ ਫਿਲਮ ਦਾ ਰੂਟ ਬਦਲੂਗੀ, ਨਾ ਬਿਲਕੁਲ, ਔਰ ਮੈਂ ਨਿੱਜੀ ਤੌਰ 'ਤੇ ਵਜਦ ਹਾਂ ਕਿ ਅਸੀਂ ਅਲੱਗ ਤਰ੍ਹਾਂ ਦੀਆਂ ਫਿਲਮਾਂ ਬਣਾਵਾਂਗੇ, ਹਾਂਜੀ, ਘੋੜੀ ਤੇ ਬੈਠਣਾ ਉਹ ਬਹੁਤ ਡਰਦਾ ਸੀ, ਫਿਰ ਉਹਨੂੰ ਪਹਿਲਾਂ ਅਸੀਂ ਘੋੜੇ ਮੰਗਵਾਏ ਸੀ ਥਾਰੋ, ਕੁਛ ਜਿਹੜੇ ਸ਼ਾਰਟ ਲੈਣੇ ਸੀ, ਹੁਣ ਥਾਰੋ ਘੋੜਾ ਜਦੋਂ ਟ੍ਰੌਟ ਕਰਦਾ ਨਾ, ਉਹ ਥੋੜਾ ਜਿਹਾ ਜੰਪ ਕਰਦਾ, ਝਟਕੇ ਵਾਲਾ ਹੁੰਦਾ ਉਹਦਾ, ਉਹਦੀ ਇਹ ਵੇਵ ਹੈ, ਤੇ ਜਿਹੜਾ ਸਾਡਾ ਦੇਸੀ ਘੋੜਾ ਹੁੰਦਾ ਅਰੇਬੀਆ ਚਾਲ ਚੱਲਦਾ, ਉਹ ਪੈਰ ਐਂ ਵਿਛਾ ਕੇ ਚੱਲਦਾ ਚਾਰੇ, ਹੈ ਉਹਦੇ ਝਟਕਾ ਨਹੀਂ ਪੈਂਦਾ, ਫਿਰ ਉਹ ਨਾਹੰਗ ਸਿੰਘ ਸੱਜਣ ਸੀ, ਫਿਰ ਉਹਨਾਂ ਦੀਆਂ ਮੰਗਾਈਆਂ, ਉਹਦੇ ਲਈ ਉੱਦਾਂ ਦੀ ਘੋੜੀ ਵਰਤੀ ਸੀ, ਥੋੜਾ ਝਟਕਾ ਨਾ ਪਵੇ। ਅਤੇ ਇੱਕ ਹੋਰ ਚੰਗੀ ਫਿਲਮ, ਚੰਗੀ ਗੱਲ ਇਸ ਫਿਲਮ ਬਾਰੇ ਮਾਨ ਸਾਹਿਬ, ਵੀ ਇਸ ਵਾਰ ਨਾ ਇਹਦੀ ਜਿਹੜੀ ਪੀ ਆਰ ਐਡਵਰਟਾਈਜ਼ਮੈਂਟ ਮੈਂ ਕਹਿ ਲਵਾਂ ਨਾ, ਵੀ ਬਹੁਤ ਸੋਹਣੇ ਤਰੀਕੇ ਨਾਲ ਹੋ ਰਹੀ ਹੈ, ਵੀ ਆਮ ਤੌਰ 'ਤੇ ਕੀ ਹੁੰਦਾ ਪੰਜਾਬੀ ਫਿਲਮਾਂ ਦਾ ਹੈ ਨਾ, ਅਤੇ ਖਾਸ ਥੋੜ੍ਹੀਆਂ ਤੁਹਾਡੀਆਂ ਵੀ ਫਿਲਮਾਂ ਦਾ ਪਤਾ ਨਹੀਂ ਲੱਗਦਾ ਵੀ ਨਾ ਬਾਹਰਲੇ ਦੇਸ਼ਾਂ ਦੇ ਵਿੱਚ, ਪਰ ਇਸ ਵਾਰ ਵੀ ਸੋਸ਼ਲ ਮੀਡੀਆ 'ਤੇ ਉਹ ਦਿਖ ਰਹੀ ਆ, ਹੈ ਨਾ, ਵੀ ਜਿਹੜਾ ਮੋਸ਼ਨ ਪੋਸਟਰ ਆ, ਅਤੇ ਸਾਗਾਲਾਂ ਦਾ ਅੱਛਾ ਉਹਨਾਂ ਦਾ ਬਣਾਇਆ ਹੋਇਆ, ਸਵਾਦ ਕੰਮ ਦਾ ਤਾਂ ਕੰਮ 'ਚ ਉਹ, ਮਤਲਬ ਡਿਜੀਟਲ ਮਾਰਕੀਟ 'ਚ ਜ਼ਿਆਦਾ, ਹਾਂਜੀ ਹਾਂਜੀ, ਨਾ ਉਹ ਵਧੀਆ ਵੀ ਹਰ ਇੱਕ, ਸਾਨੂੰ ਇਹ ਫਾਇਦਾ ਵੀ ਦੇਖੋ ਜੀ, ਜਿਹੜਾ ਜਿਹੜੀ ਕੰਪਨੀ ਨੇ ਐਡ ਕਰਨੀ ਆ, ਉਹਨਾਂ ਦਾ ਆਪਣਾ ਇੱਕ ਬਣਾਇਆ ਵਿੰਗਾ ਅੱਛਾ ਉਹ ਕੰਮ ਕਰਦਾ, ਹਾਂਜੀ, ਪਰ ਮੈਂ ਇਹਦੇ ਨਾਲ ਜਿਹੜੇ ਨਿੱਜੀ ਤੌਰ 'ਤੇ ਮੇਰੇ ਚਾਹੁਣ ਵਾਲੇ ਜੁੜੇ ਆ ਨਾ, ਉਹ ਮਤਲਬ ਕੰਪਨੀ ਨੂੰ ਵੱਧ ਐਡ ਉਹ ਕਰ ਦਿੰਦੇ ਆ, ਤੁਸੀਂ ਜਾ ਕੇ ਨੈੱਟ 'ਤੇ ਦੇਖੋਗੇ ਨਾ, ਜਿਹੜੇ ਸਾਡੇ ਵਾਲੇ ਆ ਹੁਣ ਲੱਗੇ ਹੋਏ ਆ, ਉਹਨਾਂ ਤੋਂ ਵੀ ਤੇਜ਼ ਹੈ, ਹਾਂ, ਉਹ ਇੱਕ ਪੋਸਟਰ ਪਾਉਣਗੇ, ਉਹਨਾਂ ਚਾਰ ਬਣਾ ਕੇ ਪਾਉਣਾ, ਹਾਂ, ਨਵਾਂ ਸਾਹਿਬ ਹੁਣ ਸਟ੍ਰੈਸ ਦੀ ਗੱਲ ਹੋਈ ਹੈ, ਹੈ ਨਾ, ਅਤੇ ਮੇਰੀ ਨਾ ਥੋੜ੍ਹੀ ਉਤਸੁਕਤਾ ਹੁੰਦੀ ਹੈ, ਕਿਉਂਕਿ ਤੁਹਾਡੀਆਂ ਗੱਲਾਂ ਮੈਂ ਤੁਹਾਡੀਆਂ ਇੰਟਰਵਿਊ ਤੋਂ ਜ਼ਿਆਦਾ ਸੁਣਦਾ, ਕਿਉਂਕਿ ਜਿਹੜੀ ਦੇਖੋ ਕਿਸੇ ਚੀਜ਼ ਨੂੰ ਨਿੰਦੋ ਨਾ, ਨਹੀਂ ਨਿੰਦੋ, ਹਾਂਜੀ, ਅੱਛਾ, ਸਭ ਲਈ ਸਭ ਦਾ ਆਪਣਾ, ਲੜਕੀਆਂ ਜਿੱਦਾਂ ਹੁਣ ਬਹੁਤ ਜਿਹੜੀਆਂ ਫੈਮਿਲੀ 'ਚ ਜਿਨ੍ਹਾਂ ਦੇ ਘਰੇ ਕੰਮ, ਮੰਨ ਲਓ ਜਿੱਦਾਂ ਹੁਣ ਤੁਸੀਂ ਵਿਦੇਸ਼ 'ਚੋਂ, ਇੱਕ ਬੰਦਾ ਹਸਬੈਂਡ ਜੋਬ ਕਰਦਾ, ਹਾਂਜੀ, ਤੇ ਵਾਈਫ ਨੇ ਘਰ ਆਪਦੇ ਬੱਚੇ ਸੰਭਾਲ ਲਏ, ਬੱਚੇ ਛੋਟੇ ਆ, ਉਹਦੇ ਲਈ ਇਹ ਚੀਜ਼ਾਂ ਠੀਕ ਹੈ, ਉਹਨੇ ਟੀਵੀ ਲਾ ਲਿਆ, ਉਹ ਆਪਦੇ ਆਪ ਦਾ ਯੋਗਾ ਕਰ ਲਿਆ, ਵਰਜਿਸ਼ ਕਰ ਲਈ, ਸਿਟਅਪ ਲਾ ਲਏ, ਬਟ ਮਿਲਦੇ ਆ, ਠੀਕ ਹੈ, ਜਿਹਨੂੰ ਅਸੀਂ ਪਿੰਡ ਵਾਲੇ ਆ, ਸਾਨੂੰ ਕੰਮ ਹੀ ਸੂਟ, ਜਿਵੇਂ ਜਿਵੇਂ ਗੋਰੇ ਕਹਿੰਦੇ ਨੇ ਕਿ ਵਟ ਐਵਰ ਵਰਕਸ ਫਾਰ ਯੂ, ਹੈ ਨਾ, ਵੀ ਜੇ ਤੁਹਾਡੇ ਲਈ ਕੰਮ ਕਰਦਾ ਤਾਂ ਠੀਕ ਆ, ਹੈ ਨਾ, ਤੇ ਸਾਡਾ ਦਿਮਾਗ ਆ ਹੁਣ ਜਿਹਦੇ ਜਿਹੜੇ ਭਾਰਤ 'ਚ ਰਹਿੰਦੇ ਆ, ਜਿਸ ਧਰਮ ਨਾਲ ਸੰਬੰਧਿਤ ਹੋਵੋਗੇ ਤੁਸੀਂ, ਮੰਨ ਲਓ ਤੁਸੀਂ ਗੁਰੂ ਘਰੇ ਜਾਂਦੇ ਹੋ, ਹਾਂਜੀ, ਤੁਹਾਨੂੰ ਜੇ ਕੋਈ ਸਟ੍ਰੈਸ ਹੁੰਦੇ, ਤੁਸੀਂ ਅੱਖਾਂ ਵਿੱਚ ਕਹਿੰਦੇ ਵਾਹਿਗੁਰੂ ਸਤਨਾਮ ਵਾਹਿਗੁਰੂ, ਕਿਉਂਕਿ ਸ਼ਬਦ ਤਾਂ ਅਸੀਂ ਸਾਡੇ ਪੰਜਾਬ ਵਾਲਿਆਂ ਨੇ ਨਾ, ਹੁਣ ਜਦੋਂ ਕੋਈ ਅਰਬੀ ਬੰਦੇ ਹੋਊਗਾ ਉਹ ਕੀ ਕਹੂਗਾ, ਉਹ ਬਿਸਮਿਲ੍ਲਾ ਅਲ ਰਹੀਮ, ਇਸ ਤਰ੍ਹਾਂ ਦਾ ਵੀ ਹੁੰਦਾ, ਇਹਦਾ ਕੋਈ ਹਿੰਦੂ ਜੈਂਟਲਮੈਨ ਰਾਮ ਰਾਮ ਕਹੂਗਾ, ਅੰਗੋਰਾ ਕੁਛ ਹੋਰ ਤਰ੍ਹਾਂ ਨਾਲ ਕਹੂਗਾ, ਮਸਲਾ ਤਾਂ ਬ੍ਰੇਨ ਨੂੰ ਟਿਕਾਉਣ, ਮਸਲਾ ਤਾਂ ਬ੍ਰੇਨ ਨੂੰ ਟਿਕਾਉਣ ਦਾ, ਹਾਂਜੀ ਹਾਂਜੀ, ਬ੍ਰੇਨ ਟਿਕਾ ਲਿਆ, ਇਹ ਇਹ ਇਸ ਬ੍ਰੇਨ ਨੂੰ ਟਿਕਾਉਣ ਦੇ ਚੱਕਰ ਦਾ ਭਾਰਤ ਲੁੱਟਿਆ ਗਿਆ, ਬਿਲਕੁਲ ਜੀ,
ਚੰਗੇ ਭਲੇ ਬੰਦੇ ਐਜੂਕੇਟਡ ਬੰਦੇ ਮਤਲਬ ਭਟਕਦੇ ਫਿਰਦੇ ਆ, ਪੈਸਾ ਵੀ ਬਹੁਤ ਉਹਨਾਂ ਕੋਲ, ਪੈਸਾ ਬਹੁਤ ਹੈ, ਹੁਣ ਪੈਸਾ ਬਹੁਤ ਕਮਾ ਲਿਆ, ਖਰਚਣਾ ਆਉਂਦਾ ਨਹੀਂ ਜਾਂ ਖਰਚ ਨੂੰ ਜੀ ਨਹੀਂ ਕਰਦਾ, ਇਨਸਿਕਿਓਰ ਹੈ ਨਾ, ਕਿਉਂਕਿ ਸਾਡਾ ਮੁਲਕ ਰਿਹਾ ਸਦੀਆਂ ਤੋਂ ਗੁਲਾਮ, ਉਹ ਸਾਡੇ ਜੀਨਸ 'ਚ ਇਨਸਿਕਿਓਰਟੀ ਬਹੁਤ ਹੈ ਵੀ ਜੋੜ ਲਓ। ਤੁਸੀਂ ਇੱਥੇ ਵੀ ਰਹਿੰਦੇ ਹੋ, ਆਪਣੇ ਨਾਲ ਗੋਰੇ ਵੀ ਆ, ਸ਼ਾਮ ਨੂੰ ਖਤਮ ਕਰ ਜਾਂਦੇ, ਹਾਂਜੀ ਹਾਂਜੀ, ਪਰ ਸਾਡੇ ਉਹ ਬਰਕਰਾਰ ਆ, ਆਕਾਂਕਸ਼ਾਵਾਂ ਬਰਕਰਾਰ ਆ। ਆਪਣਾ ਉਹ ਹੁੰਦਾ ਨਾ ਵੀ ਮੈਂ ਚਾਹੇ ਜੀ ਚਾਹੇ ਗਰੀਬ ਲਵਾਂ ਪਰ ਮੈਂ ਮਰਨਾ ਅਮੀਰ ਚਾਹੀਦਾ, ਮਰਨਾ ਅਮੀਰ ਚਾਹੀਦਾ। ਕਈ ਵਾਰੀ ਬਹੁਤ ਅਮੀਰ ਮਰਨ ਦੇ ਚੱਕਰ ਤੇ ਫਿਰ ਆਪਣਾ ਪ੍ਰੈਜ਼ੈਂਟ ਵੀ ਗਾ ਲਾ, ਹਾਂਜੀ ਹਾਂਜੀ, ਹੈ ਨਾ, ਬਿਲਕੁਲ। ਸੋ ਇਹ ਮਨ ਦੀਆਂ ਸਾਰੇ ਬਲਬ ਲੈ, ਜਿੱਧਰ ਨੂੰ ਲਾ ਲਓ ਉੱਧਰ ਨੂੰ ਲੱਗ ਜਾਂਦਾ, ਹਾਂਜੀ ਹਾਂਜੀ। ਔਰ ਦੁਨੀਆ ਦਾ ਆਪਣਾ ਆਪਣਾ ਰੰਗ ਹੈ, ਜਿਹੜਾ ਬੰਦਾ ਜਿੱਥੇ ਖੁਸ਼ ਹੈ, ਹਾਂਜੀ ਹਾਂਜੀ, ਉੱਥੇ ਖੁਸ਼ ਰਹੋ ਜੀ। ਅੱਛਾ ਮਾਨ ਸਾਹਿਬ, ਅਗਲਾ ਸਵਾਲ ਨਾ, ਜੇ ਮੈਂ ਤੁਹਾਤੋਂ ਇਹ ਸ਼ਾਇਦ 20 ਸਾਲ ਪਹਿਲਾਂ ਪੁੱਛਦਾ ਹੈ ਨਾ, ਤਾਂ ਤੁਹਾਡਾ ਸ਼ਾਇਦ ਜਵਾਬ ਇੱਦਾਂ ਹੁੰਦਾ ਵੀ ਇੱਦਾਂ ਦਾ ਕੁਛ ਨਹੀਂ ਹੁੰਦਾ, ਆਪਣਾ ਚੁੱਪ ਕਰਕੇ ਜਿਹਨਾਂ ਖੂਹ 'ਤੇ ਨਿਕਲ ਜਾਓ, ਖੋਲੀ ਮੋਟਰ 'ਤੇ ਸਭ ਠੀਕ ਹੁੰਦਾ ਨਾ। ਗੱਲ ਕਰਦਾ ਮੈਂਟਲ ਹੈਲਥ ਦੀ, ਹੈ ਨਾ ਜੀ, ਜਿਹਦੀ ਆਪਣੇ ਪੰਜਾਬੀਆਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਘੱਟ ਮੈਂ ਕਹਿੰਦਾ ਵੀ ਗੱਲ ਹੁੰਦੀ ਹੈ, ਹੈ ਨਾ। ਤੁਹਾਡੀ ਮਾਨ ਸਾਹਿਬ ਉਹਦੇ 'ਤੇ ਕੀ ਟੇਕ ਆ ਵੀ ਉਸ ਬਾਰੇ ਹੋਰ ਗੱਲਬਾਤ ਹੋਣੀ ਚਾਹੀਦੀ ਹੈ ਮੈਂਟਲ ਹੈਲਥ ਬਾਰੇ, ਮਾਨਸਿਕ ਆਪਾਂ ਕਹਿ ਲਓ ਵੀ ਬੰਦੇ ਦੀ ਅਵਸਥਾ ਬਾਰੇ, ਜਾਂ ਕਹਿੰਦੇ ਨੇ ਵੀ ਸਰ ਇਹ ਨਾ ਸਾਡੇ ਮੁਲਕ 'ਚ ਬਹੁਤੇ ਲੋਕ ਸਿੰਪਤੀ ਸੀਕਰ ਆ, ਠੀਕ ਹੈ, ਬੇਲੋੜੀ ਸਿੰਪਤੀ ਭਾਲਦੇ ਆ, ਸਿੰਪਤੀ ਲੈਣ ਦੇ ਚੱਕਰ 'ਚ ਬਹੁਤ ਲੋਕਾਂ ਦੇ ਛਿੱਟੇ ਵੀ ਮਾਰ ਜਾਂਦੇ ਆ ਵੀ ਮੇਰੇ ਵਾਲਾ ਚਿੱਟਾ ਰਹੇ ਚੰਗਾ ਅਤੇ ਬਾਕੀਆਂ ਦਾ ਦਾਗਦਾਰ ਹੋ ਜਾਵੇ, ਕੋਈ ਪ੍ਰੋਬਲਮ ਨਹੀਂ। ਹਾਂਜੀ, ਦਿਮਾਗੀ ਜਿਹੜਾ ਕਹਿੰਦੇ ਆ ਇਹ ਆਪ ਦੇ, ਦੇਖੋ ਇਹ ਦੁਨੀਆ ਮੰਡੀ ਹੈ, ਹਾਂਜੀ, ਹਰ ਬੰਦਾ ਤੁਸੀਂ ਵਿਦੇਸ਼ 'ਚ ਆਏ ਹੋ ਕਿ ਤੁਹਾਨੂੰ ਪਤਾ ਸੀ ਵੀ ਤੁਸੀਂ ਇੱਥੇ ਆਹ ਕੰਮ ਕਰਨਾ, ਤੁਸੀਂ ਤਾਂ ਜਹਾਜ਼ ਚੜ੍ਹ ਕੇ ਆ ਗਏ ਨਾ, ਕੰਮ ਤਾਂ ਲੱਭਿਆ ਨਾ। ਹੁਣ ਭਾਰਤ 'ਚ ਬਹੁਤ ਬੰਦੇ ਜਿਹੜੇ ਆ ਉਹਨਾਂ ਦੀ ਇਹ ਤਾਕ ਹੁੰਦੀ ਹੈ ਕਿ ਮੈਨੂੰ ਸਰਕਾਰੀ ਨੌਕਰੀ ਮਿਲੇ, ਪਰ ਜੇ ਆਪਾਂ ਇਹ ਸੋਚੀਏ ਕਿ ਕੱਲ੍ਹ ਦਾ ਭਰੋਸਾ ਕੋਈ ਨਹੀਂ, ਫਿਰ ਆਪਾਂ ਸਰਕਾਰੀ ਦੀ ਵੀ ਕਿਉਂ ਭਾਲ ਕਰਦੇ, ਆਪਾਂ ਆਪਣਾ ਥੋਟ ਕਿਉਂ ਨਹੀਂ ਵਿਕਸਿਤ ਕਰਦੇ। ਇਹਦੇ 'ਚ ਸਰਕਾਰਾਂ ਦੀ ਵੀ ਕਿਤੇ ਨਾ ਕਿਤੇ ਯੋਗਦਾਨ ਹੁੰਦਾ, ਉਹ ਸਾਡੇ ਨਹੀਂ ਪੈ ਰਿਹਾ ਕਿ ਬੱਚਾ ਜਦੋਂ ਸਕੂਲ 'ਚ ਜਾਂਦਾ ਉਹਦੀ ਪਰਵਰਿਸ਼ 'ਚ ਇਹ ਗੱਲਾਂ ਦੱਸੀਆਂ ਜਾਣ ਕਿ ਕਾਕਾ ਤੂੰ ਸਵੈ ਕਿੱਤੇ 'ਚ ਪੈਣਾ। ਮੰਨ ਲਓ ਹੁਣ ਇੱਕ ਬੱਚੇ ਨੂੰ ਮਕੈਨਿਕੀ ਦਾ ਸ਼ੌਂਕ ਹੈ, ਉਹਦੇ ਲਈ ਫਿਜਿਕਸ ਤਾਂ ਬੇਮਾਨ ਹੈ ਨਾ ਯਾਰ, ਹਾਂਜੀ ਬਿਲਕੁਲ। ਅਤੇ ਜੇ ਉਹਨੂੰ ਕਿੱਤਾ ਸਿਖਲਾਈ ਕੋਰਸ ਸ਼ੁਰੂ ਤੋਂ ਉਹਦਾ ਇੰਟਰਸਟ ਉੱਧਰ ਨੂੰ ਪਿਆ, ਉਹ ਪਲੱਸ ਟੂ ਤੋਂ ਵਧਾ ਪਲਾ ਕੰਮ ਲੱਗ ਜੂਗਾ, ਹਾਂਜੀ, ਕਿਉਂਕਿ ਦੁਨੀਆ ਮੰਡੀ ਇੱਕ ਦੂਜੇ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ ਆਪਾਂ ਨਾ, ਠੀਕ ਹੈ। ਸੋ ਦਿਮਾਗੀ ਹੈਲਥ ਦਾ ਹਿੱਲਣਾ, ਲੋੜ ਤੋਂ ਜ਼ਿਆਦਾ ਸੋਚਣਾ, ਹਾਂਜੀ, ਉਹ ਦਿਮਾਗ ਹਿੱਲਣਾ। ਹਾਂਜੀ, ਗੁਆਂਢੀ ਦਾ ਬਹੁਤ ਅੱਛਾ ਬੰਗਲਾ, ਹਾਂਜੀ, ਮੇਰੀ ਨਹੀਂ ਕਪੈਸਿਟੀ, ਹਾਂਜੀ, ਅਤੇ ਮੈਂ ਉਹਦੀ ਆਕਾਂਕਸ਼ਾ ਤਾਂ ਹੀ ਕਰ ਸਕਦਾ ਜੇ ਮੈਂ ਅਰਨ ਕਰੂੰਗਾ, ਜਾਂ ਡੱਕਾ ਮੈਂ ਤੋੜਦਾ ਨਹੀਂ। ਹਾਂਜੀ, ਫੋਨ ਮੈਨੂੰ ਐਪ, ਦੇਖੋ ਬਹੁਤ ਬੰਦੇ ਨਾ ਜਿਹੜੇ ਦਿਮਾਗੀ ਤੌਰ 'ਤੇ ਆਪਣੇ ਆਪ ਨੂੰ ਇਸ ਤਰ੍ਹਾਂ ਫੀਲ ਕਰਦੇ ਵੀ ਐਂ ਨਹੀਂ ਹੋਇਆ, ਰਿਗਰੈਟ ਸ਼ੋ ਕਰਦੇ, ਈਵਨ ਫਿਲਮ ਇੰਡਸਟਰੀ 'ਚ ਵੀ ਤੁਸੀਂ ਦੇਖੋ, ਹਾਂਜੀ, ਬਹੁਤ ਰਿਗਰੈਟ ਚੱਲਦੇ ਆ, ਕੋਈ ਕਹਿੰਦਾ ਮੇਰੇ ਲਈ ਐਂ ਨਹੀਂ ਹੋਇਆ, ਕਿਸੇ ਨੂੰ ਵਿਕਟਮ ਆਪਣੇ ਆਪ ਨੂੰ ਕਾਰਡ ਖੇਡਦੇ ਆ, ਹਾਂਜੀ, ਲੜਕੀਆਂ ਦਾ ਬੰਦਿਆਂ ਨੂੰ ਅਬਿਊਜ਼ ਕਰਨਾ, ਹਾਂਜੀ, ਬੰਦਿਆਂ ਵਾਂਗੂ ਅਬਿਊਜ਼ ਕਰਨਾ, ਹਾਂਜੀ, ਅਤੇ ਕਈ ਵਾਰੀ ਫਿਰ ਜੇ ਉਹ ਅੱਗੋਂ ਗਾਲ ਕੱਢਦੇ ਆ ਫਿਰ ਉਹ ਦੂਜਾ ਕਾਰਡ ਖੇਡ ਲੈਣਾ, ਹਾਂਜੀ, ਇਹ ਗਲਤ ਗੱਲ ਹੈ, ਹਾਂਜੀ। ਸੋ ਦਿਮਾਗ ਨੂੰ ਸੰਤੁਸ਼ਟ ਇਹ ਹੈ, ਅਸਲ 'ਚ ਅਸੀਂ ਆਪਣਾ ਜਦੋਂ ਬੱਚਾ ਛੋਟਾ ਸਕੂਲ 'ਚ ਜਾਂਦਾ ਉਹਨੂੰ ਉਦੋਂ ਤੋਂ ਇੱਕ ਇਹ ਤਾਲੀਮ ਜਿਹੜੀ ਜ਼ਿੰਦਗੀ ਕਿੱਦਾਂ ਜਿਉਣੀ ਉਹ ਨਹੀਂ ਦਿੱਤੀ ਜਾਂਦੀ, ਝੋਲਾ ਬਹੁਤ ਭਾਰੀ ਹੈ, ਹਾਂਜੀ, ਐਡੀਆਂ ਕਿਤਾਬਾਂ ਉਹਨਾਂ ਦੀਆਂ, ਇੱਕ ਕਲਚਰ ਹਿੰਦੁਸਤਾਨ ਚੱਲ ਪਿਆ ਕਿ ਬੱਚਾ ਪਹਿਲਾਂ ਸਕੂਲ ਜਾਂਦਾ, ਹਾਂਜੀ, ਘਰ ਆ ਕੇ ਕੱਪੜੇ ਖੋਲਦਾ, ਮੁੜ ਕੇ ਫਿਰ ਟਿਊਸ਼ਨ 'ਤੇ ਵਗ ਜਾਂਦਾ, ਹਾਂਜੀ, ਉਹ ਤਾਂ ਇੰਨਾ ਵਿੱਚ ਗਰਕ ਗਿਆ ਕਿਤਾਬਾਂ ਦੇ, ਉਹ ਜ਼ਿੰਦਗੀ ਬਾਰੇ ਸੋਚ ਨਹੀਂ ਸਕਦਾ। ਦਿਮਾਗੀ ਹੈਲਥ
ਚੰਗੀ ਭਲੀ ਹੈ, ਕਬੱਡੀ ਖੇਡਦੇ ਜਿਹੜੇ ਮੁੰਡੇ ਉਹ ਵੀ ਸਾਡੇ ਮੁੰਡੇ ਆ। ਬਿਲਕੁਲ ਜੀ ਬਿਲਕੁਲ, ਹਾਂਜੀ। ਹੁਣ ਜਿਹੜਾ ਟੀਕਾ ਕਹਿੰਦੇ ਵੀ ਟੀਕੇ ਬਹੁਤ ਹੋ ਗਏ, ਚਿੱਟਾ ਚਿੱਟਾ ਕੋਈ ਕਿਸੇ ਨੂੰ ਲਾਉਣ ਜਾਂਦਾ ਹੈ? ਹਾਂਜੀ। ਤੋ ਇਹ ਪੱਤਾ ਖੇਡਦੇ ਆ ਜਿਹੜੇ ਪੀਣ ਲੱਗ ਜਾਂਦੇ, ਮੈਂ ਤਾਂ ਜੀ ਲੱਗ ਗਿਆ ਜੀ, ਮੈਂ ਕਿਉਂ ਲੱਗ ਗਿਆ ਬਈ? ਹਾਂਜੀ, ਹੈ ਨਾ। ਕੋਈ ਇਹਨਾਂ ਲਈ ਸਖਤੀ ਵੀ ਹੋਣੀ ਚਾਹੀਦੀ ਹੈ, ਲੱਗਦੀ ਹੈ ਇਹਨਾਂ ਨੂੰ ਕਾਨੂੰਨ 'ਚ ਨਾ ਉਸ ਤਰ੍ਹਾਂ ਦੀ ਧਾਰਾ ਹੈ ਨਹੀਂ ਕਿ ਜਿਹੜਾ ਲੋੜ ਤੋਂ ਜ਼ਿਆਦਾ ਨਸ਼ਾ ਕਰਕੇ ਸਮਾਜ ਨੂੰ ਪਰੇਸ਼ਾਨ ਅਤੇ ਤੰਗ ਕਰਦਾ, ਤਾਂ ਉਹਦੇ ਲਈ ਵੀ ਸਜ਼ਾ ਤੈਅ ਹੋਣੀ ਚਾਹੀਦੀ ਹੈ। ਹਾਂਜੀ। 2016-2017 ਦੀ ਗੱਲ ਹੈ ਨਾ ਜੀ, ਜਦੋਂ ਮਾਤਾ ਜੀ ਦਾ ਦੇਹਾਂਤ ਹੋਇਆ ਹੈ ਨਾ ਜੀ, ਅਤੇ ਮਤਲਬ ਉਹ ਬਹੁਤ ਦਿਲ 'ਤੇ ਲੱਗੀ ਵੀ ਜਿਵੇਂ ਹੈ ਨਾ ਵੀ। ਉਸ ਤੋਂ ਬਾਅਦ ਕਿਉਂਕਿ ਨਜ਼ਦੀਕ ਬਹੁਤ ਸੀ, ਹਰ ਲਗਭਗ ਮੈਂ ਕਹਿ ਲਵਾਂ ਵੀ ਜਿਹੜਾ ਪੁੱਤਰ ਆ ਮਾਂ ਦੇ ਨਜ਼ਦੀਕ ਹੁੰਦਾ ਹੈ ਨਾ, ਬਸ ਮਾਤਾ ਜੀ ਦੇ ਜਾਣ ਤੋਂ ਪਿੱਛੇ ਕਿੰਨਾ ਮੈਂ ਕਹਿੰਦਾ ਵੀ ਖਾਲੀਪਣ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਦੇ ਹਾਂ? ਦੇਖੋ ਮਾਂ ਜਦੋਂ ਨਾ ਬੱਚਾ ਉਹਦਾ ਚਾਹੋ ਚੰਗੇ ਕੰਮ ਲੱਗਿਆ ਜਾਂ ਕੋਈ ਸ਼ਰਾਬੀ ਹੈ ਜਾਂ ਨਸ਼ੇੜੀ ਹੈ, ਹਾਂਜੀ, ਜਦੋਂ ਵੀ ਚੌਧਰੀ ਰਾਤ ਘਰ ਆ ਜੇ, ਹਾਂਜੀ, ਮਾਂ ਉੱਠ ਕੇ ਪੁੱਛਦੇ ਵੀ ਪੁੱਤ ਕੋਈ ਖਾਧਾ? ਹਾਂਜੀ ਬਿਲਕੁਲ। ਬਸ ਇਹ ਹੈ ਮਤਲਬ ਜ਼ਿੰਦਗੀ ਦਾ ਕਰਕਸ ਤੇ ਸੱਚ, ਹਾਂਜੀ, ਇਹ ਚੀਜ਼ਾਂ ਨਹੀਂ ਫਿਰ ਮਿਲਦੀਆਂ। ਤੇ ਸਫਲਤਾ ਦੇ ਮਾਇਨੇ ਵੀ ਬਦਲ ਜਾਂਦੇ ਨੇ ਨਾ ਵੀ, ਹੁਣ ਜਿੰਨੀ ਸਫਲਤਾ ਜੇ ਮੰਨ ਲਓ, ਕਿਉਂਕਿ ਜਦ ਵੀ ਆਪਾਂ ਨੂੰ ਕੋਈ ਸਫਲਤਾ ਮਿਲਦੀ ਹੈ ਪਹਿਲਾ ਕੰਮ ਆਪਾਂ ਕਰਦੇ ਹਾਂ ਫੋਨ ਚੱਕ ਕੇ। ਉਹਦੇ ਦੋ ਨਜ਼ਰੀਆਂ, ਹਾਂਜੀ, ਮਾਂ ਬਾਪ ਨੇ ਜਾਣਾ ਹੈ, ਸਭ ਨੇ, ਅਸੀਂ ਤੁਸੀਂ ਸਭ ਨੇ ਜਾਣਾ ਹੌਲੀ ਹੌਲੀ, ਬਟ ਇਹ ਹੁੰਦਾ ਕਿ ਬੰਦੇ ਦੀ ਆਕਾਂਕਸ਼ਾ ਹੁੰਦੀ ਹੈ ਵੀ ਮਾਂ ਬਾਪ ਥੋੜ੍ਹੇ ਜਿਹੇ ਹੋਰ ਸਾਲ ਜੀ, ਬਿਲਕੁਲ ਜੀ, ਥੋੜ੍ਹੇ ਜਿਹੇ ਹੋਰ ਸਾਲ ਜੀ। ਪਰ ਮੈਂ ਇਸ ਗੱਲੋਂ ਮੈਂ ਹਰ ਬਜ਼ੁਰਗ ਉਹਦੇ 'ਚ ਮਾਂ ਹੀ ਵੇਖਦਾ ਔਰਤ, ਮੈਂ ਤਾਂ ਸਭ ਨੂੰ ਗੋਡੀਆਂ ਥਲਾ ਕੇ ਗੱਲ ਲਾ ਲੈਂਦਾ, ਮੈਂ ਉਹ ਪਿਆਰ ਮੈਨੂੰ ਮਿਲਦਾ ਰਹਿੰਦਾ। ਬਿਲਕੁਲ। ਇਹ ਸਵਾਲ ਪੁੱਛਣ ਪਿੱਛੇ ਮਾਨ ਸਾਹਿਬ, ਕਾਰਨ ਮੇਰਾ ਇਹ ਸੀ ਨਾ ਵੀ ਕਿਉਂਕਿ ਲੋਕ ਤੁਹਾਨੂੰ ਸੁਣਦੇ ਨੇ, ਠੀਕ ਹੈ ਜੀ, ਅਤੇ ਵੀ ਤੁਹਾਡੀ ਗੱਲ ਸ਼ਾਇਦ, ਜਦ ਮੈਂ ਖਾਲੀਪਣ ਦੀ ਗੱਲ ਕੀਤੀ ਹੈ ਨਾ ਜੀ, ਵੀ ਸ਼ਾਇਦ ਉਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪੈ ਜਾਵੇ ਜਿਹੜੇ, ਦੇਖੋ ਮੇਰੇ ਨਿੱਜੀ ਤੌਰ 'ਤੇ ਜਿਹੜੇ ਮੈਨੂੰ ਸੁਣਦੇ ਆ, ਮੈਨੂੰ ਚਾਹੁੰਦੇ ਆ ਜਾਂ ਮੇਰੇ ਨਾਲ ਕੰਮ ਕਰਦੇ, ਉਹ ਮੇਰੇ ਵਰਗੇ ਆ। ਬਿਲਕੁਲ ਜੀ। ਅਸੀਂ ਇੱਥੇ ਸ਼ੋਅ ਕੀਤਾ ਪਰਥ, ਉੱਥੋਂ ਹੀ ਆਏ ਹਾਂ ਕੱਲ੍ਹ ਅਸੀਂ, ਹਾਂਜੀ, ਉਹ ਜਿਹੜੇ ਨੌਜਵਾਨ ਸੀ ਉਹ ਸਾਰੇ, ਉਹਨਾਂ 'ਚ ਕੁਛ ਪੰਜਾਬ ਦੇ ਮੁੰਡੇ ਸੀ, ਕੁਛ ਹਰਿਆਣੇ ਦੇ, ਮੈਨੂੰ ਇਹ ਬੜੀ ਖੁਸ਼ ਹੋਈ ਵੀ ਆਪਾਂ ਬਾਹਰ ਆ ਕੇ ਉਸ ਤਰ੍ਹਾਂ ਦੀਆਂ ਹੱਦਾਂ ਸਾਡੇ 'ਚ ਨਹੀਂ। ਹਾਂਜੀ। ਉਹਨਾਂ ਉਹ ਜਿਹੜਾ ਮੁੰਡਾ ਸੀ ਉਹਨਾਂ 'ਚ ਜਿਹੜਾ ਬੂਰੇ ਸੀ ਟੋਲੀ 'ਚ, ਉਹਦੇ ਨਾਲ ਫੈਮਿਲੀ ਮੈਂਬਰ ਚਲੇ ਗਏ, ਠੀਕ ਹੈ, ਮਾਂ ਬਾਪ, ਅਤੇ ਜਦੋਂ ਮੈਂ ਵਾਪਸ ਆਉਣ ਲੱਗਿਆ ਤਾਂ ਉਹ ਲੜਕੀ ਅਤੇ ਉਹ ਮੁੰਡਾ ਮੈਨੂੰ ਕਹਿੰਦੇ 2 ਮਿੰਟ ਗੱਲ ਕਰਨੀ ਹੈ, ਮੈਂ ਖਾ ਜਾ, ਮੈਨੂੰ ਕਹਿੰਦਾ ਭਾਅ ਜੀ ਨਾ ਮੇਰੇ ਮਾਂ ਬਾਪ ਗੁਜ਼ਰ ਗਏ, ਹਾਂਜੀ, ਅਤੇ ਮੈਂ ਬਸ ਤੁਹਾਨੂੰ ਬਸ ਆਪਣਾ ਮਾਂ ਬਾਪ ਭਰਾ ਸਮਝਦਾ, ਮੈਨੂੰ ਨਾਲ ਹੀ ਰੱਖਿਓ। ਮੈਂ ਉਹਨੂੰ ਹਾਰਦਾ ਸੀ, ਮੈਂ ਕਿਹਾ ਸਾਡੇ ਨਾਲ ਜਿਹੜਾ ਕੰਮ ਕਰ ਲੈਂਦਾ ਜਾਂਦੇ ਹੀ ਨਹੀਂ, ਹਾਂਜੀ, ਉਹ ਪੱਕੇ ਹੀ ਨਾਲ ਹੀ ਹੋ ਜਾਂਦਾ, ਕੋਈ ਨਹੀਂ ਤੂੰ ਫਿਕਰ ਨਾ ਕਰ, ਤੇਰਾ ਕਾਰਪੋਰੇਟ ਖੜਾ ਕਰ ਦਾਂਗੇ ਤੇਰੇ ਨਾਲ। ਸੋ ਮੈਂ ਨਿੱਜੀ ਤੌਰ 'ਤੇ ਜਿਹੜੇ ਮੇਰੇ ਨਾਲ ਜੁੜੇ ਆ ਉਹ ਮੈਨੂੰ ਫੈਮਿਲੀ ਮੈਂਬਰ ਲੱਗਦੇ ਨੇ, ਜਿਹਨਾਂ ਕੌਣ ਮੀ ਲਾਈਕ ਏ ਸਿੰਗਰ ਆ ਇੱਦਾਂ, ਠੀਕ ਹੈ, ਸਟਾਰ ਆਰਟਿਸਟ, ਆਈ ਡੋਨਟ ਬਿਲੀਵ ਇਨ ਦਿਸ ਈਵਨ, ਸਟਾਰ ਸਟੂਰ। ਅੱਛਾ। ਅਤੇ ਮਾਨ ਸਾਹਿਬ, ਹੁਣ ਇੱਕ ਨਾ ਮੈਂ ਕਹਿ ਲਵਾਂ ਵੀ ਉੱਡਦੀ ਖਬਰ ਕਹਿ ਲਵਾਂ ਵੀ ਹੈ ਨਾ, ਇੱਕ ਆਈ ਹੈ ਵੀ ਕੰਨੀ ਪਈ ਆ ਵੀ ਤੁਸੀਂ ਨਾ ਪਿੰਡ ਦੇ ਵਿੱਚ ਇੱਕ ਬਿਰਧ ਆਸ਼ਰਮ ਕੁਛ ਅਜਿਹਾ, 4-5 ਅਸੀਂ ਕਮਰੇ ਬਣਾ ਦਿੱਤੇ ਸੀ। ਅੱਛਾ ਜੀ। ਜੋ ਕਿਸਾਨ ਅੰਦੋਲਨ ਚੱਲਦਾ ਸੀ। ਅੱਛਾ ਜੀ। ਫਿਰ ਕੁਛ ਲੋਕਾਂ ਨੇ ਨਾ ਟ੍ਰੋਲ ਕਰਨਾ ਸ਼ੁਰੂ ਕਰਦਾ, ਉਹੀ ਇੱਕ ਜਿਹੜੀ ਟੋਲੀ ਜੀ ਚੱਲਦੀ ਪਿਛਲੇ 20 ਸਾਲ ਤੋਂ, ਠੀਕ ਹੈ, ਨਸ਼ੇੜੀ ਬਦਮਾਸ਼ ਉਦਾਲਾ, ਹਾਂਜੀ ਹਾਂਜੀ, ਉਹ ਫਿਰ ਜਿੱਦਾਂ ਕਿਤੇ ਕਿਤੇ ਵੈ ਤਾਂ ਮੈਂ ਬਹੁਤ ਕੂਲ ਡਾਊਨ ਰਹਿਣਾ ਕਿ ਪਿੰਡਾਂ ਵਾਲਾ ਆਇਆ ਸੀ, ਫਿਰ ਕਿਤੇ ਜੱਟ ਜਾ ਕੇ ਜਾਂਦਾ, ਉਹ ਮੈਂ ਰੋਕਤਾ ਸੀ, ਉੱਥੇ 4 ਕਮਰੇ ਬਣੇ ਹੋਏ ਆ ਜੀ, ਉਹ 1.5 ਏਕੜ ਵਾਲਿਆ ਸੀ। ਅੱਛਾ ਜੀ। ਅਤੇ ਉੱਥੇ ਵਰਾਂਡਾ ਵਰੂੰਡਾ ਪਾ ਕੇ ਨਾ ਉੱਥੇ
ਪਹਿਲਾਂ ਉਹ ਹਾਊਸ ਬਣਾਉਣ ਦਾ ਸੀ ਕੰਸੈਪਟ। ਅੱਛਾ। ਬਟ ਜਦੋਂ ਹਾਊਸ ਸ਼ੁਰੂ ਕਰੇ ਸੀ ਤਾਂ ਮੇਰੇ ਨਿੱਜੀ ਜਿਹੜੇ ਸਾਡੇ ਸੱਜਣ ਹੈ ਉਹਨਾਂ ਵੱਲੋਂ ਇੰਨੀਆਂ ਸਿਫਾਰਿਸ਼ਾਂ ਆ ਗਈਆਂ ਕਿ 100 ਮਕਾਨ ਦੀ ਉਹਨਾਂ ਨੇ ਮਤਲਬ ਸਾਡੇ ਕੋਲ ਨੰਬਰ ਭਰਤੇ। ਅੱਛਾ। ਉਹ ਮੇਰੇ ਲਈ ਬੀਇੰਗ ਇਕੱਲੇ ਲਈ ਮੈਂ ਮਤਲਬ ਇੰਨਾ ਮੈਂ ਕੰਮ ਨਹੀਂ ਕਰਦਾ, ਉਹਨਾਂ ਮੈਂ ਅਰਬਾਂ ਕਮਾਉਂਦਾ ਮੈਨੇ, ਉਹ ਪੋਸੀਬਲ ਨਹੀਂ ਸੀ। ਅਤੇ ਮੈਨੂੰ ਲੱਗਿਆ ਫਿਰ ਜੇ ਇੱਕ ਨੂੰ ਜੇ ਆਪਾਂ 20-30 ਮਕਾਨ ਬਣਾ ਵੀ ਲਏ ਜੇ ਇੱਕ ਨੂੰ ਦੇ ਤਾਂ ਦੂਜਾ ਲੜੂਗਾ। ਫਿਰ ਉਹ ਪਿੰਡ ਵਾਲੇ ਮੇਰੇ ਕਹਿੰਦੇ ਵੀ ਫਿਰ ਇੱਕ ਕੰਮ ਕਰੋ ਵੀ ਆਪਾਂ ਇੱਥੇ ਇੱਕ ਆਸ਼ਰਮ ਬਿਰਧ ਆਸ਼ਰਮ ਬਣਾ ਦਿੰਦੇ, ਓਲਡ ਏਜ ਹੋਮ। ਠੀਕ ਹੈ। ਵੀ ਉਹਦੇ ਨਾਲ ਸੌਖਾ ਹੋ ਜਾਊਗਾ ਕੰਮ, ਵੀ ਆਪਾਂ ਜਵਾਬਦੇਹ ਨਹੀਂ ਰਹਾਂਗੇ, ਵੀ ਜਿੰਨੇ ਵੀ ਆਪਣੇ ਖਿੱਤੇ 'ਚ ਬਜ਼ੁਰਗ ਹੋਣਗੇ ਆਪਾਂ ਉਹਨਾਂ ਨੂੰ ਉੱਥੇ ਲੰਗਰ ਲਾ ਕੇ ਸੇਵਾ ਕਰ ਸਕਦੇ ਹਾਂ। ਹਾਂਜੀ ਹਾਂਜੀ। ਉਹ ਫਿਰ ਜਦੋਂ ਟਰੋਲ ਸਿਸਟਮ ਜਿਹਾ ਹੋਇਆ ਸੀ ਫਿਰ ਮੈਂ ਬੰਦ ਕਰਤਾ ਸੀ। ਠੀਕ ਹੈ। ਬਟ ਮੇਰੇ ਅੰਦਰ ਉਹ ਸੇਵਾ ਭਾਵ ਚੱਲਦਾ ਰਹਿੰਦਾ, ਕੋਈ ਨਹੀਂ ਹੁਣ ਫਿਰ ਸ਼ੁਰੂ ਕਰਦਾ। ਠੀਕ ਹੈ ਜੀ। ਅੱਛਾ ਜੀ ਮਾਨ ਸਾਹਿਬ, ਹੁਣ ਇਹਨਾਂ ਕੁਇਕਲੀ ਮੈਂ ਕੁਛ ਸ਼ਬਦ ਨੇ ਉਹਨਾਂ 'ਤੇ, ਤੁਹਾਡੀ ਟੇਕ ਵੀ, ਤੁਸੀਂ ਉਸ ਬਾਰੇ ਕਿਵੇਂ ਸੋਚਦੇ ਹੋ, ਹੈ ਨਾ? ਗਾਇਕੀ ਤੁਹਾਡੇ ਲਈ ਕੀ ਆ? ਮੇਰੇ ਲਈ ਤਾਂ ਰੱਬ ਆ ਵੀ ਇਬਾਦਤ ਹੈ, ਮਤਲਬ ਹਰ ਮੇਰਾ ਹਰ ਸਾਹ ਹੀ ਸੰਗੀਤ ਨਾਲ ਜੁੜਿਆ ਹੈ। ਹਾਂਜੀ। 24 ਘੰਟੇ ਸੰਗੀਤ ਚਾਹੀਦਾ। ਮੈਂ ਆਪਦੇ ਖੇਤ 'ਚ ਜੇ ਤੁਰਦਾ ਫਿਰਦਾ ਬੂਟਿਆਂ ਦੇ ਆਲੇ ਦੁਆਲੇ, ਉੱਥੇ ਵੀ ਮੇਰੇ ਸਪੀਕਰ ਲੱਗੇ, ਸਾਊਂਡ ਚੱਲਦੀ ਰਹਿੰਦੀ ਹੈ ਆਲਵੇਜ਼। ਅਤੇ ਪੈਸਾ? ਓਕੇ, ਮਨੀ ਜਸਟ ਆ ਡੀਜੇ। ਅੱਛਾ ਜੀ। ਇੱਕ ਨੰਬਰ ਨਹੀਂ ਰੱਖਦਾ ਕੋਈ। ਠੀਕ ਹੈ ਜੀ। ਅਤੇ ਫਿਲਮਾਂ? ਮਾਨ ਸਾਹਿਬ, ਫਿਲਮਾਂ ਮੇਰੇ ਲਈ ਸਹਾਇਕ ਧੰਦਾ। ਠੀਕ ਹੈ। ਮੇਰਾ ਮੁੱਖ ਕਿੱਤਾ ਗਾਉਣਾ ਹੈ। ਹਾਂਜੀ। ਅਤੇ ਇਸੇ ਕਰਕੇ ਮੈਂ ਵਿੱਚ ਗੈਪ ਆ ਜਾਂਦਾ 2-4 ਸਾਲ। ਅੱਛਾ ਜੀ। ਸਕਸੈਸ ਜਾਂ ਸਫਲਤਾ? ਨਹੀਂ ਨਹੀਂ, ਮੈਨੂੰ ਖਪਦੀ ਹੈ। ਅੱਛਾ ਜੀ। ਦੇਖੀ ਹੈ ਤੁਸੀਂ, ਕਦੇ ਗੱਪ ਨਹੀਂ ਮਾਰੀ, ਕਦੇ ਫੜ ਨਹੀਂ ਮਾਰੀ, ਕਦੇ ਝੂਠ ਨਹੀਂ ਬੋਲੀ। ਹਾਂਜੀ। ਪੰਜਾਬ 'ਚ ਇੱਕੋ ਬੰਦਾ ਹੋਣਾ ਜਿਹਨੇ ਕਦੇ ਇਹ ਨਹੀਂ, ਮੇਰਾ ਚੈਨਲ ਤੁਸੀਂ ਚੈੱਕ ਵੀ ਕਰਾ ਸਕਦੇ ਹੋ, ਕੋਈ ਫੇਕ ਕਲਿੱਕ ਨਹੀਂ। ਹਾਂਜੀ। ਮਤਲਬ ਜੋ ਮਰਜ਼ੀ ਕਹੀ ਜਾਓ ਵੀ ਇਹ ਗੀਤ ਨਹੀਂ ਚੱਲਿਆ, ਨਹੀਂ ਚੱਲਦਾ, ਨਹੀਂ ਕੋਈ ਸੁਣਦਾ, ਨਹੀਂ ਸੁਣਦਾ। ਓਕੇ, ਜਿੰਨੇ ਸੁਣਦੇ ਓਨੇ ਸੀ। ਨਹੀਂ, ਸਫਲਤਾ ਦੇ ਮਾਇਨੇ ਤੁਹਾਡੇ ਲਈ ਵੀ ਜਦ ਕਿਸੇ ਚੀਜ਼ ਨੂੰ ਕੁਛ ਹੈ ਹੀ ਨਹੀਂ? ਮੇਰੇ ਲਈ ਮੰਨਦੇ ਨਹੀਂ ਕੰਮ ਹੈ। ਠੀਕ ਹੈ। ਮਤਲਬ ਮੇਰਾ ਮੈਨੂੰ ਗਾਉਣ ਦਾ ਸ਼ੌਕ ਸੀ। ਹਾਂਜੀ। ਮੈਂ ਆਪਣੇ ਵਰਗੇ ਲੱਭਦਾ ਸਮਾਜ 'ਚ ਗਾ ਗਾ ਕੇ ਬਹੁਤ ਲੋਕ ਮੇਰੇ ਨਾਲ ਜੁੜ ਗਏ। ਹਾਂਜੀ। ਅਤੇ ਮੈਂ ਉਹਨਾਂ ਲਈ ਗਾਉਣਾ। ਹਾਂਜੀ। ਸਿਰਫ ਉਹਨਾਂ ਲਈ ਗਾਉਣਾ ਜਿਹੜੇ ਮੈਨੂੰ ਪਿਆਰ ਕਰਦੇ। ਹਾਂਜੀ। ਨਫ਼ਰਤ ਕਰਦੇ ਉਹਨਾਂ ਲਈ ਬਿਲਕੁਲ ਨਹੀਂ ਗਾਉਂਦਾ, ਪਰ ਉਹ ਸੁਣਨ ਸ਼ਾਇਦ ਕੰਨਾਂ 'ਚ ਕੋਈ ਪ੍ਰੋਬਲਮ ਆ ਜਾਏ। ਹਾਂਜੀ। ਨਫ਼ਰਤ ਕਰਨ ਵਾਲਾ ਜੇ ਮੈਨੂੰ ਸੁਣੂਗਾ ਤਾਂ ਹੋ ਸਕਦਾ ਉਹਦੇ ਕੰਨਾਂ 'ਚ ਕੋਈ ਪ੍ਰੋਬਲਮ ਆ ਜਾਏ। ਹਾਂਜੀ। ਤੋ ਬੈਟਰ ਹੈ ਕਿ ਉਹ ਨਾ ਸੁਣੇ। ਠੀਕ ਹੈ ਜੀ। ਅਤੇ ਮਾਨ ਸਾਹਿਬ, ਸੋਸ਼ਲ ਮੀਡੀਆ ਇਹ ਕੰਮ ਲਈ ਤਾਂ ਅੱਛਾ? ਠੀਕ ਹੈ ਜੀ। ਕੰਮ ਲਈ ਅੱਛਾ, ਪਰ ਜਦੋਂ ਘੜਮ ਚੌਧਰੀ ਦੇ 'ਤੇ ਘੜਮ ਕਰਦੇ ਆ ਫਿਰ ਉਹ ਬੈਡ ਹੈ। ਹਾਂਜੀ। ਕਿਸਾਨ ਮਜ਼ਦੂਰ ਏਕਤਾ, ਕਿਉਂਕਿ ਤੁਸੀਂ ਜ਼ਿੰਦਾਬਾਦ ਜੀ। ਹਾਂਜੀ। ਇੱਥੇ ਮੈਨੂੰ ਜਿਹੜੀ ਸਭ ਤੋਂ ਵਧੀਆ ਤੁਹਾਡੀ ਗੱਲ ਇਹ ਲੱਗੀ ਨਾ ਵੀ ਆਮ ਤੌਰ 'ਤੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਪਰ ਕਿਰਤੀਆਂ ਦੀ ਗੱਲ ਹੈ ਨਾ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ ਨਾ। ਉਹ ਸਾਡੇ ਉਹਨਾਂ ਨੂੰ ਸੀਰੀ ਕਿਹਾ ਜਾਂਦਾ, ਨੌਕਰ ਨਹੀਂ ਕਿਹਾ ਜਾਂਦਾ। ਹਾਂਜੀ ਹਾਂਜੀ। ਜਿਹੜੇ ਸਮਝਦਾਰ ਪਰਿਵਾਰ ਆ। ਹਾਂਜੀ ਹਾਂਜੀ। ਨਹੀਂ, ਉਹਨਾਂ ਦੇ ਹੱਕ ਬਕਾਇਦਾ ਹੋਣੇ ਚਾਹੀਦੇ। ਮੈਂ ਤਾਂ ਜਦੋਂ ਆਹ ਅੰਦੋਲਨ ਚੱਲੇ ਸੀ ਉਦੋਂ ਵੀ ਉਹਨਾਂ ਨੂੰ ਉੱਥੇ ਮੰਗਾਂ ਉਹਨਾਂ ਦੀਆਂ ਲਿਖਾਉਂਦਾ ਹੁੰਦਾ ਸੀ ਕਿ ਇੱਕ ਮਜ਼ਦੂਰ ਜੇ ਉਹਨੂੰ 300 ਰੁਪਏ ਮਿਲਦਾ ਉਹਦਾ ਨਹੀਂ ਗੁਜ਼ਾਰਾ 300 ਚੋਂ। ਹਾਂਜੀ। 8-10 ਘੰਟੇ ਕੰਮ ਕਰਕੇ ਉਹਦੀ ਸ਼ਿਫਟ ਤੈਅ ਹੋਣੀ ਚਾਹੀਦੀ ਵੀ ਉਹ 8 ਆਵਰਸ ਕੰਮ ਕਰੇ। ਹਾਂਜੀ। ਉਹਨੂੰ ਚੰਗੇ ਪੈਸੇ ਮਿਲਣ, ਉਹ ਇਹ ਸਮਾਜ ਤੈਅ ਕਰੇ ਕਿ ਕਿੰਨਾ ਹੋਣਾ ਚਾਹੀਦਾ। ਈਵਨ ਸਰਕਾਰ ਵੀ ਕੋਈ ਐਫਰਟ ਕਰੇ। ਹਾਂਜੀ। ਜੇ ਉਹ ਸਮਾਜ 'ਚ ਉਹਨੂੰ ਉਸ ਤਰ੍ਹਾਂ ਨਹੀਂ ਪੈਸੇ ਮਿਲਦੇ ਜਾਂ ਦਿਹਾੜੀ ਮਿਲਦੀ ਤਾਂ ਉਹ ਗੌਰਮੈਂਟ ਉਹਨੂੰ ਕੋਈ ਏਡ ਦੇਵੇ। ਠੀਕ ਹੈ। ਮਜ਼ਦੂਰਾਂ ਲਈ ਹੋਣਾ ਚਾਹੀਦਾ। ਹਾਂਜੀ। ਅਤੇ ਆਖਰੀ ਮਾਨ ਸਾਹਿਬ ਦੇ ਫੈਨ, ਬੱਬੂ ਮਾਨ ਦੇ ਫੈਨ, ਕੀ ਮਾਇਨੇ ਰੱਖਦੇ ਨੇ ਮੇਰੇ ਵਰਗੇ? ਅੱਛਾ। ਖੱਟਿਆ ਬਾਬੂ ਨੇ, ਹੋਰ ਕੀ ਖੱਟਿਆ।
ਮਾਨ ਸਾਹਿਬ ਨਹੀਂ ਤਾਂ ਕੋਈ ਆਪ ਦੇ ਤੁਸੀਂ ਇਸ ਪੇਸ਼ੇ 'ਚ ਤੁਸੀਂ ਕੈਨੇਡਾ ਅਮਰੀਕਾ ਬੁਲਾਇਆ ਹਾਲੀਵੁੱਡ ਬਾਲੀਵੁੱਡ ਚਲੇ ਜਾਓ, ਕਹਿੰਦੇ ਕਿਸੇ ਸਿੰਗਰ ਲਈ ਕਿਸੇ ਨੌਜਵਾਨ ਬੱਚਾ ਜਿਹੜਾ ਗਾਉਣਾ ਸ਼ੁਰੂ ਕਰਦਾ ਗੀਤ ਬਣਾਇਆ, ਤੁਹਾਨੂੰ ਹਰ ਬੰਦਾ ਆਪਣਾ ਆਪਣਾ ਆਪਣੇ ਪਰਿਵਾਰ ਦਾ ਮੈਂਬਰ ਸਮਝਣ ਲੱਗ ਜਾਏ, ਫਿਰ ਇਹ ਚੀਜ਼ਾਂ ਬਿਲਕੁਲ ਜੀ ਸਵਾਲ ਵੀ ਤਾਂ ਹੀ ਆਉਂਦਾ ਮਾਨ ਸਾਹਿਬ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਤਾਂ ਇੰਨੀਆਂ ਖੁੱਲੀਆਂ ਅਤੇ ਵਿਵਾਹ ਗੱਲਾਂ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਅਸੀਂ ਪਰਮਾਤਮਾ ਕੋਲੋਂ ਹਮੇਸ਼ਾ ਆਸ ਕਰਦੇ ਹਾਂ ਕਿ ਸਦਾ ਦੁਆਲੀ ਸਾਧ ਦੀ ਅੱਠੇ ਪੈਰ ਬਸੰਤ ਵਾਲੀ ਜਿਹੜੀ ਕਹਾਵਤ ਹੈ ਨਾ ਉਹ ਸਦਾ ਹੀ ਤੁਹਾਡੇ 'ਤੇ ਢੁੱਕਦੀ ਰਹੇ ਅਤੇ ਤੁਸੀਂ ਇੱਕਣਾ ਹੀ ਵਧੀਆ ਵਧੀਆ ਫਿਲਮਾਂ ਵਧੀਆ ਵਧੀਆ ਗੀਤ ਲੈ ਕੇ ਆਉਂਦੇ ਰਹੋ ਅਤੇ ਸਾਡਾ ਮਨੋਰੰਜਨ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ ਇਹ ਸਨ ਬੱਬੂ ਮਾਨ ਹੁਣੀ ਜਿਹਨਾਂ ਨੇ ਸਾਡੇ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਗੀਤਾਂ ਵਰਗੀਆਂ ਹੁੰਦੀਆਂ ਨੇ ਅਤੇ ਉਹੀ ਗੀਤਾਂ ਵਰਗੀਆਂ ਗੱਲਾਂ ਸਾਡੇ ਨਾਲ ਇਹਨਾਂ ਨੇ ਹੁਣ ਕੀਤੀਆਂ ਅਤੇ 20 ਸਤੰਬਰ ਨੂੰ ਇਹਨਾਂ ਦੀ ਫਿਲਮ ਆ ਰਹੀ ਹੈ ਸੁੱਚਾ ਸੂਰਮਾ ਅਤੇ ਆਪਣਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਪੂਰਾ ਪਿਆਰ ਦੇਈਏ ਤਾਂ ਕਿ ਉਹ ਅੱਗੇ ਤੋਂ ਵੀ ਅਜਿਹੀਆਂ ਹੋਰ ਸੋਹਣੀਆਂ ਸੋਹਣੀਆਂ ਫਿਲਮਾਂ ਇਤਿਹਾਸਕ ਫਿਲਮਾਂ ਲੈ ਕੇ ਆਉਣ। ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ।